How many of you are excited to get into the word? Amen. Amen. Now today we will have translation because a couple of families have requested that we have translation. So we will have Brother Rakesh. We thank you, Brother Rakesh, for doing this. And in all things we glorify God. Amen. 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 So we have been on the topic of the armor of God. ਅਸੀਂ ਪਰਮੇਸ਼ਵਰ ਦੇ ਪੁਸਤਕ ਵਿੱਚ ਪਰਮੇਸ਼ਵਰ ਦੇ ਜਿਹੜਾ ਕਵਚ ਦਿੰਦੇ ਨੇ ਉਹਦੇ ਬਾਰੇ ਗੱਲ ਕਰ ਰਹੇ ਸੀ. And we looked at the book of Ephesians initially, and we had a brief summary of the book of Ephesians. ਤੇ ਅਸੀਂ ਸੰਖੇਪਤ ਜਿਹੜਾ ਪਰਮੇਸ਼ਵਰ ਦਾ ਵਚਨ ਹੈਗਾ ਇਫਸੀਆਂ ਦੀ ਪੁਸਤਕ ਵਿੱਚੋਂ ਦੇਖਿਆ. We saw that the amount of blessings God has put on us in the first three chapters is outstanding and amazing. ਅਸੀਂ ਦੇਖਿਆ ਕਿ ਪਰਮੇਸ਼ਵਰ ਦੇ ਜਿਹੜੇ ਸਾਨੂੰ ਤੇ ਸ਼ੀਸ਼ਾ ਹੈਗੀਆਂ ਨੇ ਉਹ ਕਿੰਨੀ ਅਦਭੁਤ ਨੇ ਪਹਿਲੇ ਤਿੰਨ ਚੈਪਟਰਾਂ ਵਿੱਚ. We also saw the three chapters talked about what God has already blessed us with. ਤੇ ਆਪਾਂ ਦੇਖਿਆ ਤਿੰਨ ਅਧਿਆਇਆਂ ਵਿੱਚ ਕਿ ਪਰਮੇਸ਼ਵਰ ਨੇ ਕਿਵੇਂ ਸਾਨੂੰ ਕਿੰਨਾ ਆਸ਼ੀਸ਼ਿਤ ਕੀਤਾ. We saw the doctrine of the blessing and the, about how a believer's life is transformed by the great sacrifice of our Lord Jesus Christ. ਅਸੀਂ ਨਾਲੇ ਉਸ ਸਿਧਾਂਤ ਸਮਝਿਆ ਕਿ ਪ੍ਰਭੂ ਯਿਸੂ ਮਸੀਹ ਦੇ ਕਾਰਨ ਕਿਵੇਂ ਸਾਡਾ ਜਿਹੜਾ ਜੀਵਨ ਹੈਗਾ ਉਹ ਉਹਨਾਂ ਸ਼ੀਸ਼ਾ ਕਰਕੇ ਬਦਲ ਜਾਂਦਾ ਹੈ. The last three chapters of Ephesians talks about our daily practical Christian life. ਤੇ ਜਿਹੜੇ ਆਖਿਰ ਦੇ ਤਿੰਨ ਅਧਿਆਇ ਹੈਗੇ ਨੇ ਉਹ ਅਸੀਂ ਕਿਵੇਂ ਆਪਣੇ ਜੀਵਨ ਨੂੰ ਇੱਕ ਪ੍ਰੈਕਟੀਕਲ ਤੌਰ ਤੇ ਕਰਨਾ ਹੈਗਾ ਉਹਦੇ ਬਾਰੇ ਸਮਝ ਦਿੰਦਾ. ਇਟਸ ਅ ਵੈਰੀ ਇੰਪੋਰਟੈਂਟ ਥਿੰਗ ਫੋਰ ਆਵਰ ਇਨ ਆਵਰ ਲਾਈਫਸ ਐਜ਼ ਬਿਲੀਵਰਸ ਦੈਟ ਵੀ ਰੀਡ ਦ ਬੁੱਕ ਆਫ ਇਫੀਸ਼ੀਅੰਸ ਅਗੇਨ ਐਂਡ ਅਗੇਨ ਬਿਕੋਜ਼ ਪੌਲ ਬ੍ਰਿੰਗਸ ਦ ਵੈਰੀ ਪ੍ਰੈਕਟੀਕਲ ਪਾਰਟ ਆਫ ਬਿਲੀਵਰਸ ਲਾਈਫ ਇਨ ਦੈਟ ਬੁੱਕ. ਇਸ ਕਰਕੇ ਬਹੁਤ ਜ਼ਰੂਰੀ ਹੈ ਇੱਕ ਵਿਸ਼ਵਾਸੀ ਵਾਸਤੇ ਕਿ ਜਿਹੜੀ ਇਫਸੀਆਂ ਦੀ ਪੁਸਤਕ ਹੈਗੀ ਹੈ ਇਹਨੂੰ ਬਾਰ ਬਾਰ ਪੜ੍ਹੇ ਕਿਉਂਕਿ ਪੌਲਸ ਦੇ ਇਹਦੇ ਵਿੱਚ ਜਿਹੜਾ ਸਾਨੂੰ ਨਿੱਜੀ ਜੀਵਨ ਹੀ ਕੰਮ ਕਰਨੇ ਚਾਹੀਦੇ ਨੇ ਇੱਕ ਮਸੀਹ ਹੋਣ ਦੇ ਨਾਤੇ ਉਹਦੇ ਬਾਰੇ ਦੱਸਿਆ. ਇਨ ਦ ਲਾਸਟ ਚੈਪਟਰ ਹੀ ਟਾਕਸ ਅਬਾਊਟ ਦ ਵਾਰ ਵਿਚ ਵੀ ਆਰ ਇਨ. ਜਿਹੜਾ ਅਖੀਰਲਾ ਅਧਿਆਇ ਹੈਗਾ ਉਹਦੇ ਜੋ ਦੱਸਦਾ ਅਸੀਂ ਕਿਹੜੇ ਤਰ੍ਹਾਂ ਦੇ ਲੜਾਈ ਦੇ ਵਿੱਚ ਹੈਗੇ ਹਾਂ. ਵੀ ਆਰ ਬਿਲੀਵਰਸ ਆਰ ਇਨ ਅ ਵਾਰ. ਅਸੀਂ ਵਿਸ਼ਵਾਸੀ ਹੋਣ ਦੇ ਨਾਤੇ ਇੱਕ ਲੜਾਈ 'ਚ ਹੈਗੇ ਹਾਂ. ਇਟ ਇਜ਼ ਅ ਵਾਰ ਵਿਚ ਇਜ਼ ਫੌਟ ਇਨ ਦ ਸਪਿਰਿਟ. ਇਹ ਐਸੀ ਲੜਾਈ ਹੈ ਜਿਹੜੀ ਕਿ ਰੂਹਾਨੀ ਜੀਵਨ ਜਿੱਤੀ ਜਾਂਦੀ ਹੈ. ਆਈ ਟੋਲਡ ਯੂ ਦੇਰ ਆਰ ਥਰੀ ਥਿੰਗਸ ਵਿਚ ਕਮਸ ਅਗੇਂਸਟ ਅ ਬਿਲੀਵਰ. ਮੈਂ ਤੁਹਾਨੂੰ ਦੱਸਿਆ ਸੀ ਕਿ ਇੱਕ ਵਿਸ਼ਵਾਸੀ ਦੇ ਜੀਵਨ ਵਿੱਚ ਤਿੰਨ ਗੱਲਾਂ ਆਉਂਦੀਆਂ ਨੇ. ਦ ਫਲੈਸ਼, ਸਰੀਰ, ਦ ਵਰਲਡ, ਸੰਸਾਰ, ਐਂਡ ਦ ਡੈਵਿਲ, ਤੇ ਸ਼ੈਤਾਨ. ਸੋ ਹੀ ਡਿਸਕ੍ਰਾਈਬਸ ਦ ਵਰਲਡ ਵਿਚ ਵੀ ਆਰ ਫੇਸਿੰਗ. ਉਹ ਦਿਖਾਉਂਦਾ ਵੀ ਕਿਸ ਤਰ੍ਹਾਂ ਦਾ ਸੰਸਾਰ ਜਿਹੜਾ ਹੈਗਾ ਉਹਦਾ ਅਸੀਂ ਸਾਹਮਣਾ ਕਰ ਰਹੇ ਹਾਂ. ਲੌਂਗ ਬਿਫੋਰ ਹੀ ਕਮਸ ਟੂ ਸਿਕਸ ਚੈਪਟਰ, ਇਨ ਚੈਪਟਰ 1 ਹੀ ਸ਼ੋਜ਼ ਹਾਊ ਗ੍ਰੇਟ ਆਵਰ ਲਾਰਡ ਜੀਸਸ ਕ੍ਰਾਈਸਟ ਇਜ਼. 6ਵੇਂ ਅਧਿਆਇ ਜਾਣ ਤੋਂ ਪਹਿਲੇ ਇਹ ਗੱਲ ਦੱਸਣ ਤੋਂ ਪਹਿਲਾਂ ਦੱਸਦਾ ਹੈ ਕਿ ਸਾਡੇ ਜਿਹੜੇ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਨੇ ਉਹ ਕਿੰਨੇ ਮਹਾਨ ਨੇ. ਐਫੀਸ਼ੀਅੰਸ 1:20 ਵਰਸ, ਇਫਸੀਆ 1:20, which he wrought in Christ when he raised him up from the dead and set him at his own right hand in the heavenly places, 21, far above all principality and power and might and dominion and every name that is named, not only in the this world but also in that which is to come. Aur jo usne masih ke vishay mein kiya ki usko mare huon mein se jilakar swargiya sthanon mein apni dahini or सब प्रकार की प्रधानता, अधिकार, सामर्थ और प्रभुता के और हर एक नाम के ऊपर जो ना केवल इस लोक में पर आने वाले लोक में भी लिया जाएगा बिठाया. लॉर्ड जीसस इज द किंग ऑफ किंग्स एंड लॉर्ड ऑफ लॉर्ड्स. प्रभु यीशु मसीह जी ने राजाओं दे राजा दे प्रभुओं दे प्रभु ने. ही हैज द फाइनल अथॉरिटी इन एवरीथिंग इन दिस यूनिवर्स. ਜੋ ਵੀ ਕੁਛ ਹੈ ਪ੍ਰਮਾਣ 'ਚ ਹੁੰਦਾ ਹੈਗਾ ਹੈ ਉਹਦੇ ਵਿੱਚ ਜਿਹੜਾ ਅਖੀਰੀ ਨਿਰਣੇ ਹੈਗਾ ਉਹਨਾਂ ਦੇ ਹੱਥੀ 'ਚ ਹੈ. ਨੋਟ ਵਨ ਸਟਾਰ, ਨੋਟ ਵਨ ਐਟਮ ਇਨ ਦਿਸ ਹੋਲ ਯੂਨੀਵਰਸ ਮੂਵਸ ਔਰ ਗੋਜ਼ ਹੀਅਰ ਐਂਡ ਦੇਅਰ ਵਿਦਆਊਟ ਹਿਸ ਪਰਮਿਸ਼ਨ. ਪ੍ਰਭੂ ਯਿਸੂ ਮਸੀਹ ਦੇ ਮਰਜ਼ੀ ਤੋਂ ਬਿਨਾਂ ਨਾ ਤਾਂ ਕੋਈ ਸਿਤਾਰਾ ਅਤੇ ਨਾ ਕੋਈ ਸੂਕਸ਼ਮ ਬਿੰਦੂ ਅੱਗੇ ਪਿੱਛੇ ਹੁੰਦਾ. ਇਟਸ ਓਨਲੀ ਮੈਨ ਹੂ ਟ੍ਰਾਈਜ਼ ਟੂ ਰਿਬੈਲ ਅਗੇਂਸਟ ਗੋਡ.
सिर्फ इंसान ही है जेड़ा परमेश्वर की खिलाफत करता है. इन स्पाइट ऑफ द रिबेलियन, इन स्पाइट ऑफ आवर आवर यू नो सेल्फ विल टू बिहेव एंड लिव एज वी वांट, जे इंसान जेड़ा है वो खिलाफत भी करता है तो चाहता है कि वो अपनी मर्जी का जीवन जिए. Even then the Bible declares Psalm 75, 6 and 7. फिर भी वचन भजन संहिता 75 दा 6 ते 7 दसदा है. For promotion cometh neither from the east nor west nor from the south, but God is judged. He putteth down one and setteth up another. भजन संहिता 75, 6 ते 7. क्योंकि बढ़ती ना तो पूर्व से ना पश्चिम से ना जंगल की ओर से आती है, परंतु परमेश्वर ही न्यायी है, वह एक को घटाता और दूसरे को बढ़ाता है. एवरी पावर इन दिस यूनिवर्स, एवरी रूलर इन दिस यूनिवर्स, एवरी इलेक्शन इन दिस वर्ल्ड हैज टू बी अंडर हिज कंट्रोल. भावें कोई ताकत होवे, भावें कोई राज्य होवे, भावें कोई प्रेसिडेंट होवे, सब कुछ उन्होंने अधीन है. ही हैज अ गोल एंड विच ही हैज सेट इन द स्क्रिप्चर दैट ही इज गोइंग टू अचीव. उन्होंने जेड़ी चीज़ नू हासिल करना है, एक निशान नू हासिल करना है, वो उन्होंने अपने वचन ही सानू दसी है. सैतान आल्सो रिबेल्ड, शैतान भी खिलाफत करता है. एंड ही फेल, ते तयों गिर गया. लूक 10:18 लॉर्ड जीसस सेड, लूका 10:18 कहता है. एंड ही सेड अनटू देम आई बिहेल्ड सैतान एज लाइटनिंग फॉल फ्रॉम हेवन. उसने उनसे कहा मैं शैतान को बिजली की नाई स्वर्ग से गिरा हुआ देख रहा था. Lord Jesus saw him fall. He was with the Father when it happened. प्रभु यीशु मसीह ने शैतान को जमीन पे गिरते देखा, वो परमेश्वर के नाल सीगे जदों ये काम होया. He was thrown into the second, first and the second heavens. वो पहले ते दूजे स्वर्ग ही सटिया गया. He was allowed free reign. ओनू एक मर्जी का काम भी दिता गया. He can tempt and keep unbelievers under any type of control. ओ जेरे ना विश्वासी है ने उन्हें भरमा भी सकता है ते अपने इख्तियार ही रख सकता है. बट विद द बिलीवर्स ही हैज टू डू इट विद इन द फ्रेमवर्क व्हाट लॉर्ड जीसस क्राइस्ट अलाउज. पर जिस तक विश्वासी की गल है जेड़ा उन्होंने एक एरिया दिता जाता है विश्वासी जीवन विच उन्दे विच वो काम कर सकता है. गॉड अलाउज सैतान टू टेम्प्ट अस टू रिवील आवर वीकनेसेस. परमेश्वर शैतान नू सानू प्रमाण देंदा है ताकि सानू खुद नू साड़ी कमजोरियां पता लगन. He's a roaring lion. वो एक दहाड़न वाला शेर है. He come as a roaring lion. वो शेर तरह दहाड़दा आंदा है. But he is under the small finger of Lord Jesus Christ. पर वो प्रभु यीशु मसीह दी छोटी उंगली अगे उंदे हेठा हैगा. See, Job, Peter and Paul are a great examples of how the Lord allowed Satan to tempt them to reveal what is their weaknesses. Ayub, Patras te jera Paul hega oh ek zinda udharan ne kive shaitan ne unna de jeevan vich kam karan di koshish kiti. Devil is an organized enemy. Jera shaitan hega oh ek pura ek tarike na kam karda hai. He is a formidable enemy. ਉਹ ਐਸਾ ਇਜ਼ ਅ ਸਟਰੋਂਗ ਐਨੀਮੀ. ਉਹ ਮਜ਼ਬੂਤ ਸਾਡਾ ਖਿਲਾਫਤ ਕਰਦਾ ਹੈ. ਯੂ ਸੀ ਐਟ ਲੀਸਟ ਪੌਲ ਰਿਵੀਲਡ ਟੂ ਅਸ ਵਾਟ ਦ ਹਾਇਰਾਰਕੀ ਐਂਡ ਦ ਸਿਸਟਮ ਆਫ ਦ ਡੈਵਿਲ ਇਜ਼. ਪੌਲ ਉਸਨੇ ਸਾਨੂੰ ਵਿਸਤਾਰ ਹੀ ਦੱਸਿਆ ਹੈ ਕਿ ਸ਼ੈਤਾਨ ਦੇ ਕੰਮ ਕਰਨ ਦਾ ਕੀ ਨਤੀਜਾ ਹੈਗਾ. ਬਟ ਬਿਫੋਰ ਪੌਲ ਰਿਵੀਲਡ ਇਨ ਐਫੀਸ਼ੀਅੰਸ ਨੋ ਵਨ ਨਿਊ ਅਬਾਊਟ ਇਟ. ਇਸ ਤੋਂ ਪਹਿਲੇ ਕਿ ਪੌਲ ਉਸ ਸਾਨੂੰ ਇਹ ਬਿਆਨ ਕਰਦਾ ਕਿਸੇ ਨੂੰ ਨਹੀਂ ਪਤਾ ਸੀ. ਦੈਨ ਪੌਲ ਸੇਜ਼ ਦੈਟ ਦੇਰ ਇਜ਼ ਅ ਰੈਸਲਿੰਗ ਅਗੇਂਸਟ ਦੀਸ ਫੋਰਸਸ. अगे पॉलो दसदा है भी जरा जिवें आप मल युद्ध कहने ताकतों के बीच है. टेक्स प्लेस इन एवरी द लाइफ ऑफ एवरी बिलीवर. यह जरे अपना युद्ध है हर विश्वासी के जीवन च होता है. इफ वी आर नॉट रेजलिंग माई डियर ब्रदर्स एंड सिस्टर्स वी आर लिविंग ए डिफीटेड लाइफ. तो जे साड़ी लड़ाई नहीं चल रही इन्ना मतलब साड़ा जरा जीवन है वो पहले ही हारिया होया. टेक द एग्जाम्पल ऑफ कैनेडा. आप कैनेडा का उदाहरण लीए. Ignorance of the law is no excuse. Je aap agge sanu kanoon da nahi pata oh unna pa bach nahi sakde. If you are stopped by the cop on the roadside, je tuhanu apna police wala rokda sadak de kone te, and he will say what law we broke, te puchda bhi aap kehne bhi main kehda kanoon todya. No, he will tell you which law we broke. Oh dasda ki main kehda tusi kehda kanoon todya. You can't say I didn't know there was a law like this. ਅਸੀਂ ਇਹ ਨਹੀਂ ਕਹਿ ਸਕਦੇ ਵੀ ਇਹ ਕਾਨੂੰਨ ਦਾ ਮੈਨੂੰ ਪਤਾ ਹੀ ਨਹੀਂ ਸੀ. He'll give you another ticket for that. ਉਹ ਤਾਂ ਉਹਨੇ ਇੱਕ ਹੋਰ ਟਿਕਟ ਦੇਗਾ ਉਹਦੇ ਬਦਲੇ.
So we cannot say, oh, we don't know about this wrestling. ऐस करके अस यह नहीं कह सकते कि सानू है युद्ध का ज्ञान नहीं है। What is this wrestling? ऐ युद्ध की है। This wrestling is against the flesh. ऐ शरीर के खिलाफ है। It is against the sin that so easily weighs us down. ऐ उस गुना के खिलाफ है जेड़ा कि सानू दबांदा है। Everything in the flesh that goes against the righteousness of God. हर वो चीज जेड़ी परमेश्वर की धार्मिकता के खिलाफ है, गुनाह है। As believers with the new nature, we try not to commit sin. क्योंकि विश्वासी जो असं बनने साढ़े सुभाव बदलाव आता है तो अभी कोशिश करने कि गुनाह ना करिए। But certain conditions come where we fall. पर ऐसे हालात आते ने जिन्हें अस गिर जाते हैं। We try to resist the temptation. असी कोशिश करने हैं कि उन्होंने तो अपना सामना करिए। Resisting is what is called wrestling. तो जो आप सामना करने उनका मतलब युद्ध है। As you grow in the line, as it closer to God, जिवें असी परमेश्वर च अगे वधने हैं, the more sin is revealed. उन्ना साडा गुनाह साडे ते जाहिर होंदा है। And the more we will wrestle because we, as children of God, we hate sin. ते जिन्ना असी वो युद्ध करने हैं अपने पापा के खिलाफ, उन्ना असी पाप तो नफरत करने हैं। That's why Paul says we need to stand. We need to stand our ground. Don't allow the devil to take more ground from you. ताइयों वचन कहता है कि असी अपना शैतान के सामने खड़ा होना है ताकि वो साडा ज्यादा फायदा ना चुक सके। As I told you last time, when Paul lived, wrestling had only one rule. You have to stand at the end of the wrestling. जिवें तुहानू मैं पिछले हफ्ते दस्या सी, पौलुस ने कहा है कि जिहड़ा कानून हैगा, तरीका हैगा कि आपां खड़े रहना है, आपां डिगांगे फिर खड़े हो जाना है। यू मे फॉल मेनी टाइम्स, आपां हो सकदा बहुत बारी गिरी है। प्रोवर्ब्स 24:16 सेज द जस्ट मैन फॉलथ 7 टाइम्स राइजेथ अप अगेन बट द विकेड विल फॉल इनटू मिसचीफ। नीति वचन 24:16 कहता है क्योंकि धर्मी चाहे 7 बार गिरे तो भी वह उठ खड़ा होगा, परंतु दुष्ट लोग विपत्ति में गिर कर पड़े ही रहते हैं। इन द वीकनेस ऑफ द फ्लैश वी मे फॉल, अपनी कमजोरी के कारण असी गिर सकते हैं। बट वी गेट अप एंड रेजल अगेन, पर असी दोबारा खड़े होवांगे ते दोबारा लड़ाई करांगे। द अटैक्स आर नॉट गोइंग टू स्टॉप माय डियर ब्रदर्स एंड सिस्टर्स। जेड़े शैतान दे साडे ते अपना जोर हैगे ने, हमले ने, ओ कटणगे नहीं। द सिलीनेस दीस डेज, ओ आई बाइंड द डेविल इफ ही इज कमिंग अगेंस्ट मी, अगेंस्ट माय हाउस, अगेंस्ट दिस थिंग, इट्स ऑल सिलीनेस। यह बेवकूफाना गल है कि असं कही है कि अभी शैतान को अपने परिवार के खिलाफ, अपने घर के खिलाफ बनने हैं। इट्स नॉट गोइंग टू वर्क, काम नहीं करेगा। यू हैव अथॉरिटी ओवर द डेविल व्हेन ही पोसेसेस अनदर ह्यूमन बीइंग। तुहानू शैतान ते अधिकार है जो किसी होर इंसान ते कब्जा करे। बट व्हेन ही अटैक्स यू, यूअर ही टेम्प्ट्स यू, व्हेन ही अटैक्स यू द वर्क यू आर डूइंग फॉर गॉड, यू मस्ट रिएक्ट लाइक द अपोस्टल्स। तो जदों के विश्वास के जीवन जो तुहाडे ते हमला करता है तो जिवें प्रेरिता ने किया, सानू उस तरह करना चाहिए है। When the devil attacked even the apostles in the acts of the apostles, जिवें प्रेरिता के काम में जो उन्होंने प्रेरिता ते हमला किया शैतान ने, इनफैक्ट ईवन द शिप पॉल वॉज गोइंग इट वॉज ब्रोकन इन टू पीसिस। जेड़े जहाज से पौलू सफर कर रहा है, वो जहाज भी पाने टूट गया। You'll never find them saying, I bind you devil, you cannot touch my ship, you cannot touch my home. Have you heard that in the acts of the apostles? You'll never find such things. पर वचन ने असी किधर ने देखा भी अपना पौलुस कहता है भी मैं तुम बंद देना कि तू अपना जहाज नु हाथ नहीं ला सकता। The devil will attack you only with the permission allowing when what God allows. शैतान तुहाडे ते तइयो हमला करता है जदों कि परमेश्वर उंदी इजाजत दिंदा है। When Satan attacks, you have to rely on God. जो शैतान हमला करता है तो आप परमेश्वर से निर्भर होना है। Even Michael the Archangel, जरा माइकल आर्कएंजल सिगा, when he disputed with Satan about the body of Moses, जो ने मूसा दी जरी अपना शरीर दे बारे अपना गलबात की थी, he told the devil, the Lord rebuke you. उन्हें उन्हें कहा कि परमेश्वर तुम डांटे। These days you say we stamp the devil, we hit the devil, we curse him, we do all sorts of things. It's not going to work. आज आप कहने कि आप उन्हें पैरा थले ले लेने हैं, आप उन्हें अपना बुरा भला कहने हैं, उन्हें बनने की कोशिश करने हैं, ऐसा तो कुछ भी नहीं कर सकते। Jude verse 10, the Bible says, Jude का 10वां वर्ष कहता है, but these speak evil of those things that they know not, but what they know naturally as brute beasts, in those things they corrupt themselves.
पर ये लोग जिन बातों को नहीं जानते उनको भला बुरा कहते हैं, पर जिन बातों को अचेत पशुओं की नाई स्वभाव ही से जानते हैं उनमें अपने आप को नाश करते हैं। You may be surprised, but I'll show you from scripture. तुझे हैरान होगे पर मैं तुम्हें वचन जो दसांगा। That your authority is from the strength of the Lord. कि तोड़े को जिन ताकत हैगी वो परमेश्वर दे दित्ती हुई है। Slowly, yeah, the church is turning into a set of ignorant Christians. पर आजकल जेड़ी कलीसिया हैगी है वो तीरे तीरे अपने आप को ना समझ बना रही है। Paul was given an abundance of revelations. पौलुस कोल बड़े वड्डे परमेश्वर दे प्रकाशन सिगे। A messenger of Satan was sent to him. ओन ओंदे कोल शैतान दा एक दूत आया जेड़ा को तंग करदा सी। Thorn in the flesh. शरीर दा कंडा। Did he say, I bind you, devil? क्या उन्हें क्या कि शैतान मैं तुम बांध देना? You have to read. It's very interesting. आपन बड़े ध्यान ना पढ़ना रोचक। He said, lest I be exalted beyond measure, messenger of Satan was sent. Least I be exalted. Because of the revelations, God sent a messenger of Satan. ते पौलुस कहता है कि मैं अपने आप नू दिमाग में ना खराब ना हो जाए क्योंकि मेरे को बड़े वड्डे प्रकाशन ने ऐस करके परमेश्वर ने मेरे ते ऐ चीज लगाई। Second Corinthians 12:7-8. दूजा करिन्थियों 12:7-8. And lest I should be exalted above measure through the abundance of revelations, there was given to me a thorn in the flesh, the messenger of Satan to buffet me. Lest I should be exalted above measure, for this thing I besought the Lord thrice that it might depart from me. और इसलिए कि मैं प्रकाशों की बहुतायत से फूल न जाऊं, मेरे शरीर में एक कांटा चुभाया गया, अर्थात शैतान का एक दूत कि मुझे घूसे मारे ताकि मैं फूल न जाऊं। इसके विषय में मैंने प्रभु को तीन बार विनती की कि मुझसे यह दूर हो जाए। He went straight to the Lord. उन्हें सीधा रब कोल गया। He didn't say, "Devil, get out of my life." उन्हें यानी शैतान ने क्या कि मेरे जीवन तो बाहर चला जाए। Remember, this is the man who in Acts 19:15 said, "The evil spirit answered and said, 'Jesus, I know. Paul, I know. Who are you?'" ऐ यो पौलुस दी गल के जेड़ा प्रेरिता दे काम 19:15 कहंदा है, पर दुष्ट आत्मा ने उत्तर दिया, यीशु को मैं जानती हूँ और पौलुस को भी पहचानती हूँ, परंतु तुम कौन हो? Paul went straight to God. पर पौलुस सीधा परमेश्वर को गया। About Satan's messenger. कि जरा शैतान दा दूत सीगा उनके खिलाफ। It was not even Satan himself. वो खुद शैतान भी नहीं सीगा। But the greater lesson is in God's answer. पर जरा सब तो वड्डा है, पर आपनो एक शिक्षा हैगी है, वो परमेश्वर दे जवाब ही जगी है। 2 Corinthians 12:9. दूजा कुरिन्थियों 12:9. And he said unto me, my grace is sufficient for thee. For my strength is made perfect in weakness. And then Paul says, most gladly therefore I will glory in my infirmities, that the power of Christ may rest upon me. और उसने मुझसे कहा, मेरा अनुग्रह तेरे लिए बहुत है, क्योंकि मेरी सामर्थ निर्बलता में सिद्ध होती है, इसलिए मैं बड़े आनंद से अपनी दुर्बलताओं पर घमंड करूंगा कि मसीह की सामर्थ मुझ पर छाया करती रहे। In other ways, God said, let it be, don't worry about the messenger. My grace, what I have given you, is sufficient for you. दूजे शब्द हैं जरा आपने उन्होंने जवाब दिता कि तू है शैतान की चिंता ना कर, जेड़ा अनुग्रह मैं तेरे ते कीता है, तेरे वास्ते इयो काफी है। Today, what is the practice? Oh devil, I get you out of my life, I get you out of my home, I get you out of my church, all these things. You know, it is so unscriptural that we tend to major on minors and minor on majors. आज कल कलीसिया की चल रहा है गलत शिक्षा चल रही है जिन्हें अपन शैतान उन लताड़न दा बन्ना दा निकाल दा काम करते हैं असी की है जरे छोटे गलानु वटा बनाने पे आ वड़िया गलानु छोटा बनाने पे आ। You need God's strength to go against Satan. अपन परमेश्वर की ताकत चाहिए ताकि शैतान की खिलाफत करिए। Depending on God is the key to winning this wrestling. सिर्फ परमेश्वर से निर्भर दे निर्भर ओंकार के असी यह लड़ाई जीत सकते हैं। That is where the armor of God comes in. जितने कि परमेश्वर जरा कवच देता है वो सानू मदद करता है। This is, remember, it's called the armor of God. याद रखो कि जरा कवच किन्दा है क्या परमेश्वर दा। It is his armor. ओ परमेश्वर दा कवच है। He is giving it to his children so that they can stand. ओ अपने बच्चे नू दिंदे ने ताकि वो सामना कर सकन। How I know that it is his armor?
मनु के में पता कि परमेश्वर दा हैगा Isaiah 59:17 Isaiah 69:17 For he put on righteousness as a breastplate he's talking about God here and an helmet of salvation upon his head and he put on garments of vengeance for clothing and was clad with zeal as a cloak he's talking about Lord Jesus Christ but this is the description this is the armor that we get Isaiah di pustak is kavach de bare parmeshwar da vachan ganda hai उसने धर्म को झिलम की नाई पहन लिया और उसके सिर पर उद्धार का टोप रखा गया उसने पलटा लेने का वस्त्र धारण किया और जलजाट को बागे की नाई पहन लिया इन ऑल देयर आर सिक्स पीसेस ऑफ दिस आर्मर ऐ सारा जरा परमेश्वर का कवच जगह है इनके छह हिस्से ने बट देयर इज आल्सो अ सेवंथ पीस मेंशन पर सातवां हिस्से की गल की गई है इट टॉक्स अबाउट प्रेयर उन जिन्हों प्रार्थना कहने हैं। We'll come to that when we complete the pieces of the armor. We'll talk about prayer. इन्हें जरा इन्हें बारे आप गलबात कराएंगे जो तो प्रार्थना के बारे वचन आएगा। Ephesians 6:13. Ephesians 6:13. Wherefore take unto you the whole armor of God that you may be able to withstand, having done all to stand. इसलिए परमेश्वर के सारे हथियार बांध लो। कि तुम बुरे दिन में सामना कर सको और सब कुछ पूरा करके स्थिर रह सको इन 6:11 ही यूजेस अ डिफरेंट फेज पॉल यूजेस अ डिफरेंट फेज इफिसियस 6:11 जो ना नवे तरीके ना दसया ही सेस पुट ऑन द होल आर्मर ऑफ गॉड उन्होंने क्या है जरा कवच इनु पहन लो सो यू सी द की वर्ड्स देयर आर टू डिफरेंट की वर्ड्स एस करके दो जड़े खास शब्द है कहने इन 6:13 ही सेस टेक द होल आर्मर ऑफ गॉड 6:13 कहता है कि परमेश्वर का पूरा कवच ले लो इन 6:11 ही सेस पुट ऑन द होल आर्मर ऑफ गॉड ते 6:11 कहता है कि उन्हें तुसी अपने पा लो द वर्ड फॉर पुट ऑन इज दैट यू सिंक इनटू दैट इट यू गेट सोक्ड इनटू इट पा लैन का मतलब कि असी अपने आप नूंदे बिल्कुल रुझा लीए जिन्हें जिम्मे आप पानी च डुब जाने इफ यू लेट से इमेजिन अ बाथटब इज फुल ऑफ वाटर एंड यू सिंक इनटू इट And you feel relaxed because the water covers you. That is the expression there. Put on the whole armor of God. अत्यंत ने जिवे दर्शाया उनका मतलब है जिवे आप एक पांडे टापी जो नया तो जुबा जिधर आप थले हो जाने पाने च पूरी तरह से पांडे भी समा जाने हैं. Take unto you means receive what God is giving. ते take unto मतलब है कि जो परमेश्वर तो दे रहे हैं क्या उन्हें तुसी ले लो Both actions are important with this armor of God. ते परमेश्वर का कवच जो दोनों जो काम ने वो करने बहुत जरूरी है It is given by God and we have to receive it. कि परमेश्वर ने दिता है तो असी लेना है And you have to wear it by immersing ourselves into it. ते आपा उन्हें पाना है ताकि असी उन्दे विच पूरी तरह रच जाइए Let us keep this in mind as we look at the armor of God. आपा इस चीज नूं दिमाग विच रखते हुए अगे वचन समझांगे कवच दा The first two pieces are in Ephesians 6:14. ते जेड़े पहले दो उन्दे अपना पीस हैगे ने वो इफिसियां 6:14 इतने Stand therefore having your loins girt about with truth and having the breastplate of righteousness. सो सत्य से अपनी कमर को कसकर और धार्मिकता की झिलम पहनकर यू सी व्हेन वी आर अबाउट टू गो टू वॉर जितो सी लड़ाई जाने आ यू विल फाइंड दैट इन स्पेशली इफ यू हैव विजिटेड एनी विलेज यू विल सी दैट वेयर विलेज एनी विलेज यू सी इन इंडिया इफ यू विजिट जितो आपा जिवे के अपना हिंदुस्तान किधर है किसी पिंड जाने आ गांव जाने आ ओथे देखने आ यू वॉच व्हेन टू पीपल स्टार्ट टू फाइट आपा देख रहे हैं जितो दो बंदे लड़न लगते हैं हैव यू सीन अ फाइट इन द विलेज I have seen because I was in Punjab for a little while. What they do first thing, what they do before they go for a fight? Sab to pehle ladai jaan to pehle. Kamar band, they tie and then they will say, okay, come let's fight. Sab to pehle jere loose kapde hunde na unna nu ikattha karke band lande ne. That's what he says, your loins girt about with truth. Tai unne kya ki sachai di kamar kas la. That is the foundation, that is the first thing he talks about in the armor of God. In the Roman soldiers, before they wear any other clothing, this truth, that this loin cloth would be the first one they used to tie. Yeah, Romeo sainik bhi hunde si ke, wo apne jara lohe da kavach paande si,
उस तो पहले जरा कमर बंद होंदे सी उनु चंगी तरह कस लेंदे सी. Truth is the foundation on which the whole armor of God sits in proper pieces. ते जे सच्चाई हैगी है वो बहुत जरूरी पहली चीज हैगी है जिंदे ते कवच दे जे बाकी हिस्से हैगे ने वो पूरी तरह बैठदे ने. Truth is the sure foundation on which we fight or wrestle with the devil. सच्चाई है वो ऐसी पक्की चीज हैगी है जिंदे जोर ते असी शैतान दे नाल लड़ने हां. So what is this truth? ए सच्चाई की है. Lord Jesus declared it in John 17:17. प्रभु यीशु मसीह ने इंदा बारे दसिया यूहन्ना 17:17 में. He prayed like this to the Father about his people who will believe in him. उन्होंने पिता दे बारे दसिया जेड़े बंदे विश्वास करनगे. Sanctify them by the truth. Sanctify them through thy truth. Thy word is truth. सत्य के द्वारा उन्हें पवित्र कर. तेरा वचन सत्य है. God's word will never change. परमेश्वर का वचन कभी तब्दील नहीं होता. There is no mistake in the word of God. परमेश्वर के वचन में कोई गलती नहीं है. We should continue to stick to God's word irrespective of what the culture around us is changing. ऐस करके सानू हमेशा परमेश्वर के वचन से खड़े रहना है. साढ़े आस पास दुनिया जो मर्जी करती है उनका कोई मतलब नहीं है. The way we live at home. जिस तरह से कर रहने हैं. The way we live in the work, at work. जिवें आपा काम ते रहने हैं. The way we discipline our children. जिवें असीं अपने बच्चों नूं शिक्षा देने हैं. The way we train our children. जिवें अपने बच्चों नूं तैयार करने हैं. Should be based on the word of God. वो सब कुछ परमेश्वर दे वचन ते आधारित होना चाहिए. Yes, there is a large amount of wisdom in this world. ऐ संसार इस बहुत ज़्यादा बुद्धि दी गल्ला ने. But for us, we should stick to scripture. पर सानू वचन ते ही अपना अपने दिमाग लगाना है. When we use worldliness to teach ourselves or our family, our foundation is going to rot. जे आपा अपने बच्चों नू समझाने च या परिवार नू समझाने च संसार दे मुहावरे लैने आ ते साडी जिहड़ी नींव हैगी है ओनू दिमाग लगेगी. Because who created the worldliness? I said last week. क्योंकि संसारी गल्ला किन्ने बनाईया? Who made it? Satan. शैतान ने. He is the author of this world. ओ है संसार दा लिखन वाला. He is the god of this world. ओ है संसार दा परमेश्वर है. We must be loving and uncompromising on the truth. ऐस करके सानू हमेशा जिहड़े रब दी सच्चाई हैगी है ओनू प्यार करना चाहिए तो उन्हें खड़े रहना चाहिए. द इनर मोस्ट थिंग फ्रॉम अस गॉड डिजायर्स इज ट्रूथ. साढ़े जेरे अंदर अपना दिल दिया गल्ला है गया ने परमेश्वर चाहता है कि वो सच्चाई दिया हो. साम 51:6 द बाइबल सेज. भजन संहिता 51:6 कहता है. बिहोल्ड दाउ डिजायरस ट्रूथ इन द इनवर्ड पार्ट्स एंड इन द हिडन पार्ट्स दाउ शैल मेक नोन टू सॉरी दाउ शैल मेक मी टू नो विजडम. देख तू हृदय की सच्चाई से प्रसन्न होता है और मेरे मन ही में ज्ञान सिखाएगा. God wants truth to be our innermost resident. परमेश्वर चाहता है जिहड़ी सच्चाई हैगी है वो साढ़े दिल दे अंदर बसी होवे. The very foundation of our faith. वो साढ़े विश्वास दी नींव है. Sometimes things we hear will shake us. कई बार सी जिहड़ी चीज़ां सुनने सानू हिला देंदियां ने. It will make us doubt. वो सानू शक पैदा कर दिया ने. Sometimes even they make us question God's word. कई बार वो सानू परमेश्वर दे गल्ला दे सवालिया निशान. But we should buckle up and tie the loin cloth tighter and stick to the truth. पर जरूरी है कि जो ऐदा दे ख्याल आन परमेश्वर दी सच्चाई दे कमर बंद नु बन लई है. We have to tighten ourselves with the truth. ऐस करके जरूरी है कि असी सच्चाई नाल अपने आप नु बनिए. Even if things in the world are against us, we look to the word of God. ਜਿਹੜੇ ਸੰਸਾਰਿਕ ਗੱਲਾਂ ਨੇ ਉਹ ਸਾਡੇ ਖਿਲਾਫ ਨੇ ਆਪਾਂ ਨੂੰ ਪਰਮੇਸ਼ਵਰ ਦੇ ਵਚਨ ਤੇ ਨਿਗਾਹ ਰੱਖਣੀ ਹੈ. ਦੈਟ ਇਜ਼ ਵਾਟ ਹੀ ਮੀਨਸ ਬਾਈ ਟਾਈਂਗ ਦ ਟਰੂਥ ਅਰਾਊਂਡ ਆਵਰ ਵੇਸਟ. ਪਰਮੇਸ਼ਵਰ ਸਾਨੂੰ ਇਹ ਸਮਝਾਉਂਦਾ ਹੈ ਜਦੋਂ ਕਹਿੰਦਾ ਹੈ ਕਿ ਸੱਚਾਈ ਦੀ ਕਮਰ ਬੰਨ ਲਓ. ਸੈਕਿੰਡ ਥਿੰਗ ਹੀ ਸੇਜ਼ ਦ ਬ੍ਰੈਸਟਪਲੇਟ ਆਫ ਰਾਈਚਸਨੈਸ. ਦੂਸਰਾ ਉਹ ਕਹਿੰਦਾ ਹੈ ਕਿ ਇਹ ਧਾਰਮਿਕਤਾ ਦੀ ਆਪਣਾ ਬ੍ਰੈਸਟਪਲੇਟ. ਰਿਮੈਂਬਰ ਵੀ ਸੋ ਆਇਜ਼ਾਇਆ 59:17. ਆਪਾਂ ਜਿਵੇਂ ਇਜ਼ਾਇਆ 59:17 ਦੇਖਿਆ. ਦਿਸ ਇਜ਼ ਗੋਡਸ ਆਰਮਰ. ਇਹ ਪਰਮੇਸ਼ਵਰ ਦਾ ਕਵਚ ਹੈ. ਦੈਟ ਹੀ ਅਲਾਉਸ ਅਸ ਟੂ ਵੇਅਰ ਇਟ. ਜੋ ਸਾਨੂੰ ਉਹ ਪਹਿਨਣ ਨੂੰ ਅਧਿਕਾਰ ਦਿੰਦੇ ਨੇ. ਇਨ ਪੋਜੀਸ਼ਨਲੀ ਵੀ ਹੈਵ ਬੀਨ ਡਿਕਲੇਅਰਡ ਦ ਰਾਈਚਸਨੈਸ ਆਫ ਗੋਡ. ਹੋਣ ਦੇ ਹਿਸਾਬ ਨਾਲ ਉਹਨਾਂ ਨੇ ਸਾਨੂੰ ਪਰਮੇਸ਼ਵਰ ਦੀ ਧਾਰਮਿਕਤਾ ਬਣਾਇਆ. ਬਟ
God will test us now and again to see if our growth is going to match what he has declared. ਪਰ ਪਰਮੇਸ਼ਵਰ ਸਾਡੇ ਇਮਤਿਹਾਨ ਲੈਂਦਾ ਦੇਖਣ ਵਾਸਤੇ ਕਿ ਜਿੱਥੇ ਉਹ ਸਾਨੂੰ ਲੈ ਕੇ ਜਾਣਾ ਚਾਹੁੰਦਾ ਹੈਗਾ ਕਿਆ ਅਸੀਂ ਉਸ ਤਰ੍ਹਾਂ ਵੱਧ ਰਹੇ ਹਾਂ ਇਸ ਟੈਸਟ ਇਜ਼ ਨਾਟ ਫੋਰ ਹਿਮ ਇਟਸ ਫੋਰ ਅਸ ਟੂ ਸੀ ਇਹ ਟੈਸਟ ਰੱਬ ਵਾਸਤੇ ਨਹੀਂ ਹੈਗਾ ਸਾਡੇ ਵਾਸਤੇ ਹੈਗਾ ਸਾਨੂੰ ਪਤਾ ਲੱਗੇ ਅਸੀਂ ਕਿ ਤਕੜੇ ਹਾਂ ਹੀ ਸੈਂਡਸ ਅਸ ਦਾ ਰਾਈਟਸਨੈਸ ਟੈਸਟ ਉਹ ਸਾਨੂੰ ਧਾਰਮਿਕਤਾ ਦਾ ਜਿਹੜਾ ਆਪਣਾ ਟੈਸਟ ਭੇਜਦੇ ਨੇ ਯੂ ਮੇ ਨੋ ਵਾਟ ਇਟ ਇਜ਼ ਟੂ ਸਟੈਂਡ ਰਾਈਟਸਲੀ ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਧਾਰਮਿਕਤਾ ਦੇ ਨਾਲ ਕਿਵੇਂ ਖੜੇ ਰਹਿਣਾ ਬਟ ਵੀ ਡੋਨਟ ਨੋ ਇਨ ਦ ਇਨ ਟਾਈਪ ਆਫ ਡਿਫਰੈਂਟ ਕ੍ਰਾਈਸਿਸ ਵੈਦਰ ਵੀ ਵਿਲ ਰੀਅਲੀ ਟੇਕ ਅ ਸਟੈਂਡ ਪਰ ਜੇ ਅਲੱਗ ਅਲੱਗ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਸਾਨੂੰ ਖੁਦ ਨਹੀਂ ਪਤਾ ਹੁੰਦਾ ਕਿ ਕਿਆ ਅਸੀਂ ਉਹਨਾਂ ਤੇ ਖੜੇ ਰਵਾਂਗੇ ਪੀਟਰ ਥੌਟ ਹੀ ਕੈਨ ਸਟੈਂਡ ਹੀ ਵਿਲ ਸਟੈਂਡ ਈਵਨ ਇਫ ਦੇਰ ਇਜ਼ ਐਨੀ ਟਾਈਪ ਆਫ ਆਪੋਜੀਸ਼ਨ ਟੂ ਲਾਰਡ ਜੀਸਸ ਕ੍ਰਾਈਸਟ ਜਿਵੇਂ ਪਤਰਸ ਨੇ ਸੋਚਿਆ ਸੀ ਕਿ ਪ੍ਰਭੂ ਯਿਸੂ ਮਸੀਹ ਨਾਲ ਕੁਝ ਵੀ ਹੋਏਗਾ ਤੇ ਮੈਂ ਉਹਨਾਂ ਦੇ ਨਾਲ ਖੜਾ ਰਹਾਂਗਾ ਹੀ ਸੈਡ ਆਈ ਵਿਲ ਸ਼ੋ ਯੂ ਦੈਟ ਆਈ ਕੈਨ ਸਟੈਂਡ ਲਾਰਡ ਉਹਨੇ ਕਿਹਾ ਰੱਬ ਨੂੰ ਕਿਹਾ ਕਿ ਪ੍ਰਭੂ ਯਿਸੂ ਮਸੀਹ ਨੇ ਕਿਹਾ ਮੈਂ ਤੈਨੂੰ ਦਿਖਾਵਾਂਗਾ ਕਿ ਮੈਂ ਤੇਰੇ ਨਾਲ ਖੜਾ ਹੋ ਸਕਦਾ ਬਟ ਵੈਨ ਦਾ ਕ੍ਰਾਈਸਿਸ ਕੇਮ ਪਰ ਹਾਲਾਤ ਜਦੋਂ ਆਏ He denied him three times. ਉਹਨੇ ਤਿੰਨ ਵਾਰ ਇਨਕਾਰ ਕੀਤਾ. We can't blame Peter. ਅਸੀਂ ਪਤਰਸ ਨੂੰ ਆਪਣਾ ਬੁਰਾ ਨਹੀਂ ਕਹਿੰਦੇ. Because he didn't grow up into the space, into the you know righteousness which God provided after his death. ਕਿਉਂਕਿ ਉਹ ਅਜੇ ਤੱਕ ਉਸ ਸਮੇਂ ਤੱਕ ਜੋ ਪਵਿੱਤਰਤਾ ਹੀ ਪਰਮੇਸ਼ਵਰ ਚਾਹੁੰਦੇ ਸੀ ਅਜੇ ਉਸ ਤੱਕ ਵਧਿਆ ਨਹੀਂ ਸੀ. That righteousness should be covering us. ਉਹ ਜਿਹੜੀ ਧਾਰਮਿਕਤਾ ਹੈਗੀ ਹੈ ਉਹਨੂੰ ਸਾਨੂੰ ਇੱਕ ਤਰ੍ਹਾਂ ਦਾ ਪਹਿਨ ਲੈਣਾ ਹੈ The breastplate covers the heart of the wearer. ਤੇ ਜਿਹੜੀ ਜਿਲਮ ਹੈਗੀ ਹੈ ਉਹ ਜਿਹੜਾ ਬੰਦਾ ਜਿਹਨੇ ਪਾਈ ਹੁੰਦੀ ਹੈ ਉਹਦੇ ਦਿਲ ਤੋਂ ਉਛਾਂਦਾ ਹੈ God expects the breastplate to cover the heart. ਪਰਮੇਸ਼ਵਰ ਚਾਹੁੰਦਾ ਕਿ ਉਹ ਜਿਹੜੀ ਜਿਲਮ ਹੈਗੀ ਹੈ ਉਹ ਸਾਡੇ ਦਿਲ ਨੂੰ ਬਚਾ ਕਰੇ As you know the Bible says the heart is the most deceitful thing. ਜਿਵੇਂ ਵਚਨ ਕਹਿੰਦਾ ਕਿ ਜਿਹੜਾ ਦਿਲ ਹੈਗਾ ਹੈ ਉਹ ਸਭ ਤੋਂ ਜ਼ਿਆਦਾ ਧੋਖਾ ਦੇਣ ਵਾਲਾ ਹੈ So we have to cover our heart with this breastplate of righteousness. ਐਸ ਕਰਕੇ ਜ਼ਰੂਰੀ ਅਸੀਂ ਆਪਣੇ ਦਿਲ ਨੂੰ ਐਸ ਜ਼ਿਲਮ ਦੇ ਨਾਲ ਬੰਨ ਕੇ ਰੱਖੀਏ ਬਚਾ ਕੇ ਰੱਖੀਏ Even in the Old Testament God always expected the breastplate to cover the heart. ਈਵਨ ਪੁਰਾਣੇ ਨਿਯਮ ਜੀ ਪਰਮੇਸ਼ਵਰ ਚਾਹੁੰਦੇ ਸੀ ਕਿ ਉਹਨਾਂ ਦੇ ਜਿਹੜੇ ਲੋਕ ਹੈਗੇ ਨੇ ਉਹ ਜ਼ਿਲਮ ਨੂੰ ਆਪ ਦਿਲ ਤੇ ਰੱਖਣ Exodus 28:30 ਨਿਰਗਮਨ 28:30 talks about the dress of the high priest ਉੱਥੇ ਜਿਹੜਾ ਆਪਣਾ ਚੀਫ ਪ੍ਰੀਸਟ ਹੁੰਦਾ ਹੈ ਪੁਜਾਰੀ ਸੀਗਾ ਉਹਦੇ ਕੱਪੜਿਆਂ ਦੇ ਬਾਰੇ ਦੱਸਿਆ ਗਿਆ Thou shall put in the breastplate of judgment the Urim and Thummim and they shall be upon Aaron's heart ਔਰ ਤੂੰ ਨਿਆਂ ਕੀ ਚਪਰਸ ਮੇਂ ਉਰੀਮ ਔਰ ਤੁਮ ਕੋ ਰੱਖਣਾ ਜਬ ਵਹਿ ਹਰੂਨ ਯਹੋਵਾ ਕੇ ਸਾਹਮਣੇ ਪ੍ਰਵੇਸ਼ ਕਰੇ ਤਬ ਵਹਿ ਉਸਕੇ ਹਿਰਦੇ ਕੇ ਉੱਪਰ ਹੋ ਟੁਡੇ ਵੀ ਆਰ ਏਬਲ ਟੂ ਗੋ ਇਨ ਟੂ ਦ ਹੋਲੀ ਆਫ ਹੋਲੀਸ ਨਾਟ ਲਾਈਕ ਐਰਨ ਵਨਸ ਅ ਈਅਰ ਵੀ ਕੈਨ ਗੋ ਐਨੀ ਟਾਈਮ ਬਿਕੋਜ਼ ਆਫ ਦ ਬਲੱਡ ਆਫ ਆਵਰ ਲਾਰਡ ਜੀਸਸ ਕ੍ਰਾਈਸਟ ਏਰਨ ਜਿਹੜਾ ਕਿ ਮਹਾਨ ਪੁਜਾਰੀ ਸੀਗਾ ਉਹ ਸਿਰਫ ਸਾਲ 'ਚ ਇੱਕ ਵਾਰ ਜਾ ਸਕਦਾ ਸੀ ਪਰਮੇਸ਼ਵਰ ਦੀ ਹਜ਼ੂਰੀ 'ਚ ਪਰ ਅਸੀਂ ਪਰਮੇਸ਼ਵਰ ਦੇ ਜਨ ਰੱਬ ਨੇ ਸਾਡੀ ਮਦਦ ਕੀਤੀ ਹੈ ਕਿ ਅਸੀਂ ਕਦੀ ਵੀ ਜਾ ਸਕਦੇ ਹਾਂ ਬਟ ਦੈਟਸ ਵਾਈ ਟੁਡੇ ਵੀ ਹੈਵ ਟੂ ਵੇਅਰ ਦ ਬਲੈਸਟ੍ਰੇਟ ਆਫ ਰਾਈਚਸਨੈਸ ਓਵਰ ਦੀ ਹਾਰਟ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਸਾਡਾ ਜਿਹੜਾ ਦਿਲ ਹੈਗਾ ਉਹਦੇ ਉੱਤੇ ਅਸੀਂ ਧਾਰਮਿਕਤਾ ਦੀ ਝਲਮ ਪਾਈਏ ਵੈਨ ਵੀ ਫਾਲ ਵੀ ਆਰ ਨਾਟ ਕੰਡੈਮਡ ਬਾਈ ਗੋਡ ਜਦੋਂ ਅਸੀਂ ਗਿਰਨੇ ਆ ਤੇ ਪਰਮੇਸ਼ਰ ਉਲਾਨਾ ਨਹੀਂ ਦਿੰਦਾ ਵੀ ਹੈਵ ਟੂ ਗੈਟ ਅਪ ਐਂਡ ਕੀਪ ਗੋਇੰਗ ਉਹਦਾ ਆਪਾਂ ਚਾਹੀਦਾ ਕਿ ਆਪਾਂ ਦੁਬਾਰਾ ਖੜੇ ਹੋਈਏ ਤੇ ਚੱਲਦੇ ਰਹੀਏ ਦ ਮਾਈਂਡ ਸੈਟ ਦ ਰੀਨਿਊਅਲ ਆਫ ਮਾਈਂਡ ਸ਼ੁਡ ਬੀ ਦੈਟ ਗੋਡ ਹੈਜ਼ ਡਿਕਲੇਅਰਡ ਮੀ ਰਾਈਚਸ ਤੇ ਸਾਡੀ ਜਿਹੜੀ ਸੋਚ ਹੈਗੀ ਏ ਉਹਨੂੰ ਅਸੀਂ ਨਵਾਂ ਕਰਨਾ ਹੈ ਕਿ ਪਰਮੇਸ਼ਵਰ ਨੇ ਮੈਨੂੰ ਧਰਮੀ ਕਰਾਰ ਕੀਤਾ ਯੈਸ ਆਈ ਹੈਵ ਫਾਲਨ ਇਨ ਦੈਟ ਸਿਨ ਬਟ ਨੈਕਸਟ ਟਾਈਮ ਆਈ ਵਾਂਟ ਟੂ ਰੈਜ਼ਿਸਟ ਆਈ ਡੋਨਟ ਵਾਂਟ ਟੂ ਫਾਲ ਕਿ ਮੈਂ ਇਸ ਦਫਾ ਇਸ ਗੁਨਾਹ ਗਿਰ ਗਿਆ ਪਰ ਮੈਂ ਪਰਮੇਸ਼ਵਰ ਦੀ ਹਿੰਮਤ ਦੇ ਨਾਲ ਦੁਬਾਰਾ ਕਦੇ ਉਹ ਐਦਾਂ ਮੌਕਾ ਆਏਗਾ ਤੇ ਮੈਂ ਗਿਰਾਂਗਾ ਨਹੀਂ ਆਮ ਗੋਇੰਗ ਟੂ ਬਿਲੀਵ ਵਾਟ ਗੋਡ ਹੈਸ ਸੈਡ ਐਂਡ ਆਮ ਗੋਇੰਗ ਟੂ ਪੁਸ਼ ਔਨ ਮੈਂ ਵਿਸ਼ਵਾਸ ਕਰਾਂ ਜੋ ਰੱਬ ਨੇ ਕਿਹਾ ਹੈਗਾ ਤੇ ਉਹਦੇ ਵਿੱਚ ਅੱਗੇ ਵਧਾਂਗਾ ਸੀ when we are not believers we succumb to sin we gave in to sin ਜਦੋਂ ਅਸੀਂ ਵਿਸ਼ਵਾਸੀ ਨਹੀਂ ਹੁੰਦੇ ਤੇ ਬਹੁਤ ਜਲਦੀ ਗੁਨਾਹ 'ਚ ਗਿਰ ਜਾਂਦੇ ਆ ਇਨ ਦ ਸੇਮ ਵੇ ਪੌਲ ਸੇਜ਼ ਵੀ ਹੈਵ ਟੂ ਗਿਵ ਆਵਰਸੈਲਵਸ ਟੂ ਰਾਈਚਸਨੈਸ ਉਹਵੇਂ ਪੌਲਸ ਕਹਿੰਦਾ ਕਿ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਨੂੰ ਪਰਮੇਸ਼ਵਰ ਦੀ ਧਾਰਮਿਕਤਾ ਨੂੰ ਦਈਏ ਰੋਮਨਸ 6:19 ਹੀ ਸੇਜ਼ ਰੋਮੀਓ 6:19 ਕਹਿੰਦਾ ਆਈ ਸਪੀਕ ਆਫਟਰ ਦ ਮੈਨਰ ਆਫ ਮੈਨ ਬਿਕੋਜ਼ ਆਫ ਦ ਇਨਫਰਮਿਟੀ ਆਫ ਯੋਰ ਫਲੈਸ਼ ਫੋਰ ਐਸ ਯੂ ਹੈਵ ਯੀਲਡਡ ਯੋਰ ਮੈਂਬਰਸ ਸਰਵੈਂਟਸ ਟੂ ਅਨਕਲੀਨਨੈਸ ਐਂਡ ਟੂ ਇਨਿਕੁਇਟੀ ਐਂਡ ਟੂ ਇਨਿਕੁਇਟੀ ਸੋ ਨਾਓ ਯੀਲਡ ਯੋਰ ਮੈਂਬਰਸ ਸਰਵੈਂਟਸ ਟੂ ਰਾਈਚਸਨੈਸ ਐਂਡ ਟੂ ਹੋਲੀਨੈਸ ਮੈਂ ਤੁਹਾਡੀ ਸਰੀਰਕ ਦੁਰਬਲਤਾ ਕੇ ਕਾਰਨ
मनुष्यों की रीति पर कहता हूँ, जैसे तुमने अपने अंगों को कुकर्म के लिए अशुद्धता और कुकर्म के दास करने के लिए सौंपा था, वैसे ही अब अपने अंगों को पवित्रता के लिए धर्म के दास करके सौंपो। दिस इज वेयर द वॉर कम्स इन। अथे लड़ाई आंदी है। द वर्ल्ड द डेविल एंड आवर फ्लैश वॉन्ट्स टू गो टूवर्ड सिन। संसार शैतान ते साड़ा जरा शरीर हैगा है, वो गुना वाले पास जाना चाहता है। वी वॉन्ट टू जस्ट बी वेरी यू नो स्टेटस को दैट वी डोंट वॉन्ट हर्ट आवर फ्लैश, वी डोंट वॉन्ट हर्ट आवर सेल्फ। असी रात अपना नुकसान पहुंचाना चाहते हैं ना अपने शरीर का पहुंचाना चाहते हैं। बट द स्पिरिट मैन वांट्स टू गो इन राइचसनेस। पर जेड़े साडे अंदर परमेश्वर का आत्मा है वो सानू धार्मिकता वाले पासे लेके जांदा है। सो दैट इज द वॉर। ए लड़ाई है। दैट इज द रेसलिंग। ए साडा मल युद्ध है। सो इफ यू फॉल वंस लर्न फ्रॉम इट। ऐस करे जे आपा एक बार गिरिए ते आपा उंदे तो सीखिए। सो द ब्रेस्ट प्लेट ऑफ राइचसनेस इज नॉट अबाउट द पोजिशनल ट्रूथ। ऐस करके जी धार्मिकता की जिलम हैगी है वो असी रब ने कितने सानू धर्मी बनाया है उन्हें संबंध नहीं रखती। इट इज द इंपॉर्टेड राइचसनेस ऑफ क्राइस्ट। है वो धार्मिकता है जी रब ने सानू दिती है। द परसनल प्रैक्टिस ऑफ होलीनेस विच हेल्प्स अस टू ओवरकम सिन। जी साड़ी निजी धार्मिकता हैगी है जिन्हों असी बार बार जीवन अपनाने। द ब्रेस्ट प्लेट ऑफ राइचसनेस इज होलीनेस एंड राइचस प्रैक्टिस ऑफ लिविंग। इस करके जो धार्मिकता झलम हैगी है वो धार्मिकता हैगी है जिन्हों असी अपने जीवन रोज किन्ने ने ट्राई करना है। अनलैस यू वॉक इन होलीनैस वी विल बी इन ट्रबल एवरी टाइम द टेम्पटेशन कम्स। जे आप उस पवित्रता ही नहीं चलेंगे तो जो भी गुना आएगा असी उनके परेशान होवांगे गिरांगे। आवर पार्ट इज नॉट टू यील्ड टू सिन बट टू यील्ड टू राइचसनेस। इस करके साडा जरा काम हैगा वो है नहीं कि असी पाप ही करिए पर साडा काम हैगा कि असी धार्मिकता वाले पासे जाइए। वी हैव टू डू आवर वेरी बेस्ट व्हाट वी हैव इन आवरसेल्व्स टू नॉट टू अलाउ टू नॉट टू फॉल टू सिन। इस करके सानू कोशिश करनी है कि जो सानू रब ने गल्लां दसियां ने असी उन्हां च मजबूत होके गिरीए ना। बिकॉज अल्टीमेटली यू मे डू ग्रेट वर्क फॉर गॉड। इस करके हौसला जी इस तरह करते रहोगे तो तुसी रब वास्ते वड्डे वड्डे काम करोगे। यू मे मूव माउंटेन्स। ਤੁਸੀਂ ਉਸਦੇ ਪਹਾੜਾਂ ਨੂੰ ਹਿਲਾ ਦਿਓ। ਗ੍ਰੇਟ ਵਰਕ ਵੱਡੇ ਕੰਮ ਕਰੋ। ਬਟ ਇਫ ਯੂ ਡੋਂਟ ਹੈਵ ਪਰਸਨਲ ਹੋਲੀਨੈਸ। ਪਰ ਜੇ ਤੁਹਾਡੀ ਨਿੱਜੀ ਧਾਰਮਿਕਤਾ ਨਹੀਂ ਹੈਗੀ ਯੂ ਵਿਲ ਬੀ ਲਾਈਕ ਦਟ ਗੈਸਟ ਹੂ ਕੇਮ ਟੂ ਦ ਵੈਡਿੰਗ ਫੀਸਟ ਵਿਦਆਊਟ ਦ ਵੈਡਿੰਗ ਗਾਰਮੈਂਟ। ਤੇ ਤੁਸੀਂ ਉਸ ਅਤਿਥੀ ਤਰ੍ਹਾਂ ਹੋਗੇ ਜਿਹੜਾ ਕਿ ਸ਼ਾਦੀ ਦੇ ਘਰ ਗਿਆ ਸੀ ਪਰ ਉਹਨੇ ਸ਼ਾਦੀ ਦੇ ਕੱਪੜੇ ਨਹੀਂ ਪਾਏ ਸੀ। ਦੇਰ ਇਜ਼ ਨੋ ਵੈਡਿੰਗ ਗਾਰਮੈਂਟ। ਉਹਦੇ ਕੋਲ ਸ਼ਾਦੀ ਦੇ ਕੱਪੜੇ ਨਹੀਂ ਸੀ। ਦ ਵੈਡਿੰਗ ਗਾਰਮੈਂਟ ਇਫ ਯੂ ਐਨਾਲਾਈਜ਼ ਸਕ੍ਰਿਪਚਰ ਇਜ਼ ਦ ਗਾਰਮੈਂਟ ਆਫ ਰਾਈਚਸਨੈਸ। जे आपां परमेश्वर दे वचन नूं समझिए ते जिहड़ा शादी दा कपड़े हैगे ने इह धार्मिकता हैगी है साडे अंदर। गॉड वॉन्ट्स परसनल होलीनैस अबव एवरीथिंग। परमेश्वर चाहुंदे ने साडी निजी जिहड़ी धार्मिकता हैगी है उह सब तो उत्ते होवे। आइज़ाया बिफोर ही वाज़ सेंट हिज माउथ वाज़ क्लीन्ड। इज़ाया नूं इस तों पहले कि अपना काम दित्ता गया उहदा मूँह साफ कीता गया। यू सी दैट इज़ द प्रैक्टिस दैट इज़ द वे गॉड डज। ਇਹ ਪਰਮੇਸ਼ੁਰ ਹਮੇਸ਼ਾ ਇਸ ਤਰ੍ਹਾਂ ਕਰਦਾ ਅਤੇ ਉਹ ਸਾਡੇ ਨਾਲ ਵੀ ਕੀਤਾ। ਸੋ ਵੀ ਸੋ ਦੀ ਕਮਰਬੰਦ ਆਫ ਪੀਸ। ਇਸ ਕਰਕੇ ਅਸੀਂ ਜਿਹੜੇ ਆਪਣੇ ਕਮਰ ਦਾ ਕਮਰਬੰਦ ਜਿਹੜਾ ਸ਼ਾਂਤੀ ਹੈਗਾ ਉਹ ਦੇਖਿਆ। ਐਂਡ ਦੈਨ ਵੀ ਸੋ ਦ ਬ੍ਰੈਸਟ ਪਲੇਟ ਆਫ ਰਾਈਚਸਨੈਸ। ਫਿਰ ਅਸੀਂ ਜਿਹੜੇ ਆਪਣਾ ਧਾਰਮਿਕਤਾ ਦੀ ਚਲਮ ਦੇਖੀ। ਦ ਥਰਡ ਯੂ ਨੋ ਆਰਮਰ ਪੀਸ ਇਜ਼ ਦ ਫੁੱਟ ਵੇਅਰਿੰਗ ਸ਼ੂਜ਼ ਆਫ ਦ ਗੋਸਪਲ। ਜਿਹੜੀ ਤੀਜੀ ਹੈਗੀ ਹੈ ਕਿ ਜਿਹੜੇ ਅਸੀਂ ਆਪਣਾ ਸ਼ੁਭ ਸਮਾਚਾਰ ਦੇ ਬੂਟ ਪਾਉਣੇ ਹੈਗੇ ਨੇ। ਆਈ ਹੈਵ ਟੂ ਲੇ ਫਾਊਂਡੇਸ਼ਨ ਫੋਰ ਅਬਾਊਟ ਸ਼ੂਜ਼। ਮੈਂ ਇੱਕ ਆਪਣਾ ਪਹਿਲੇ ਨੀਂਹ ਰੱਖਾਂਗਾ ਵੀ ਬੂਟਾਂ ਦਾ ਕੀ ਮਤਲਬ ਹੈ। ਯੂ ਸੀ ਆਈ ਵਾਸ ਇਨ ਦ ਏਅਰ ਫੋਰਸ। ਮੈਂ ਏਅਰ ਫੋਰਸ ਸੀਗਾ। ਵੀ ਆਈ ਨੈਵਰ ਫੌਟ ਐਨ ਐਕਚੁਅਲ ਵਾਰ। ਮੈਂ ਇੱਕ ਵਾਕਈ ਲੜਾਈ ਤਾਂ ਨਹੀਂ ਗਿਆ। ਬਟ ਕਪਲ ਆਫ ਟਾਈਮਸ ਵੀ ਆਰ ਕਲੋਜ਼ ਟੂ ਵਾਰ। ਪਰ ਕਈ ਵਾਰ ਅਸੀਂ ਲੜਾਈ ਦੇ ਕਾਫੀ ਨਜ਼ਦੀਕ ਹੁੰਦੇ ਸੀ। ਵਨ ਸੱਚ ਓਕੇਸ਼ਨ ਵੀ ਵੇਅਰ ਇਨ ਦ ਰਾਜਸਥਾਨ ਡੈਜ਼ਰਟ। ਇੱਕ ਐਸੇ ਟਾਈਮ ਸੀਗਾ ਜਦੋਂ ਅਸੀਂ ਰਾਜਸਥਾਨ ਦੇ ਆਪਣਾ ਰੇਗਿਸਤਾਨ ਦੇ ਵਿੱਚ ਸੀਗੇ। ਥਾਰ ਡੈਜ਼ਰਟ ਇਜ਼ ਸੋ ਵੰਡਰਫੁਲ ਐਂਡ ਕੂਲ ਇਨ ਦ ਨਾਈਟ। ਅਤੇ ਉਹ ਜਿਹੜਾ ਆਪਣਾ ਰੇਗਿਸਤਾਨ ਹੈਗਾ ਰਾਤ ਦੇ ਟਾਈਮ ਕਾਫੀ ਠੰਡਾ ਹੁੰਦਾ। ਐਂਡ ਯੂ ਕੈਨ ਸੀ ਦ ਗਲੋਰੀ ਆਫ ਦ ਗੋਡਸ ਕ੍ਰੀਏਸ਼ਨ ਇਨ ਦ ਨਾਈਟ। ਦ ਸਕਾਈ ਇਜ਼ ਬ੍ਰਿਲੀਅੰਟ ਵਿਦ ਸਟਾਰਸ। ਅਤੇ ਉਹ ਜਿਹੜਾ ਆਪਣਾ ਉੱਥੇ ਦਾ ਸਮਾਂ ਹੁੰਦਾ ਜਦੋਂ ਆਪਾਂ ਆਕਾਸ਼ ਵੱਲ ਦੇਖਦੇ ਹਾਂ ਅਤੇ ਪਰਮੇਸ਼ੁਰ ਨੇ ਉਹਦੀ ਕਿਆ ਅਦਭੁਤ ਤਰੀਕੇ ਨਾਲ ਬਣਾਇਆ ਹੈ ਤੁਸੀਂ ਉਹ ਦੇਖ ਸਕਦੇ ਹੋ। ਬਟ ਇਨ ਸਮਰ ਇਨ ਅਪ੍ਰੈਲ ਮੇ ਇਨ ਦ ਡੇ ਟਾਈਮ ਇਟਸ ਅ ਡਿਫਰੈਂਟ ਸਟੋਰੀ।
पर जे गर्मियां दिन अप्रैल मई होंदे ने उदो गल्ला होर ने। इट इज एक्सट्रीमली हॉट। इफ यू थिंक अबाउट हीट, इट इज मोर हॉट देन दैट। ओ इन्ना गर्म होंदा है कि जिन्ना तुसी गर्मी सोच सकते हो उस तो ज्यादा गर्म होंदा है। शूज इज द मोस्ट इंपॉर्टेंट थिंग। ऐस करके बूट जेड़ा है कहने वो बड़े जरूरी ने। बिकॉज द सैंड बिकम सो हॉट। क्योंकि जेरी रेत हैगी है वो इन्नी गर्म हो जाती है। इफ यू गो बेयर फुट यूर फुट कैन बी कुक्ड। तो तुसी नंगे पैर जाओ तो तुहाडे पैर जेड़े हैगे ने जल जाएंगे। यू कैन नॉट स्टेप आउट विदाउट द शूज। तुसी बाहर बिल्कुल बूटा तो बिना नहीं निकल सकते। यूर फुट विल बी फुल ऑफ वाटर ऑफ स्वेट बट यू नीड द शूज। तुहाडे जेरे पैर हैगे ने बूटे बिल्कुल पसीने नाल भिज जाएंगे पर तुहानू बूट चाहिए ने। द अदर एक्सट्रीम इन कैनेडा। सॉरी अदर एक्सट्रीम इज कैनेडा। जेड़ा दूजा अपना अपना कैनेडा जेड़ी खीर हैगी है। दिस इज अ विंटर वंडरलैंड। ए इत्थे अपना जे ठंड हैगी है उन्ने मजे ने। ईच ऑफ अस नो वी नीड गुड शूज। आपा सारे नु पता कि सानू अच्छे बूट चाहिए ने। आई डोंट वांट टू आस्क हाउ मेनी ऑफ यू हैव फॉलन इन द स्नो व्हेन वॉकिंग। आई एम प्रीटी श्योर ऑल ऑफ यू विल लिफ्ट अप योर हैंड्स। आपा सारे स्नो ही गिर जाने हैं कई बारी। सो यू रियलाइज हाउ इंपॉर्टेंट द शूज इज। ऐस के तू देखिया भी जेरे बूट है ने कितने जरूरी ने। इट्स इंपॉर्टेंट इन द हीट, इट्स इंपॉर्टेंट इन द कोल्ड। गर्मी च भी जरूरी ने, ठंड च जरूरी ने। इट्स वेरी इंपॉर्टेंट टू हैव शूज। बहुत जरूरी ने बूट। डू यू नो इन हिस्ट्री, क्या तुहानू पता इतिहास च, वन ऑफ द वार्स वाज लॉस्ट बिकॉज़ द सोल्जर्स डिड नॉट हैव प्रॉपर शूज। एक लड़ाई जेरी सी कि वो हारी गई क्योंकि जेरे सैनिक सी के उनको बूट नहीं सी। दैट वाज द रेवोल्यूशनरी वॉर बिटवीन नॉर्थ अमेरिका एंड साउथ अमेरिका इन यूएसए। इट्स कॉल्ड द रेवोल्यूशनरी वॉर। उन्होंने ये रेवोल्यूशनरी वॉर कहते हैं जेडे अमरीका ते साउथ अमरीका दे विच लड़ी गई। व्हेन वन आर्मी वाज फाइटिंग अदर द आर्मी विच डिड नॉट हैव शूज लॉस्ट। ते जो एक जेरे सैनिक सी के जिन्हों को बूट नहीं सी के वो खास कर बूटा करके हार गए। यू नो व्हेन आई वाज स्मॉल माय मदर यूज्ड टू टेल दिस प्रोवर्ब। आई एम ट्राइंग टू recollect as much as I can. ਜਦੋਂ ਮੈਂ ਛੋਟਾ ਹੁੰਦਾ ਸੀ ਤੇ ਮੇਰੀ ਮਾਂ ਮੈਨੂੰ ਇਹ ਉਦਾਹਰਣ ਦਿੰਦੀ ਸੀ। For want of a nail, the kingdom was lost. ਇੱਕ ਕਿੱਲ ਦੀ ਕਮੀ ਕਰਕੇ ਬਾਦਸ਼ਾਹ ਚਲੀ ਗਈ। For want of a nail, the shoe was lost. ਇੱਕ ਕਿੱਲ ਕਰਕੇ ਬੂਟ ਚਲੇ ਗਏ। For want of a shoe, the horse was lost. ਬੂਟਾ ਕਰਕੇ ਜਿਹੜਾ ਆਪਣਾ ਘੋੜਾ ਚਲਾ ਗਿਆ। No, that means horse shoe. Horse shoe. Okay. ਜਿਹੜਾ ਘੋੜੇ ਦੇ ਨਾਲ ਹੁੰਦੀ ਹੈ ਉਹ ਕਿੱਲ ਨਹੀਂ ਸੀਗਾ ਤੇ ਨਾਲ ਉਤਰ ਗਈ। ਫਾਰ ਵਾਂਟ ਆਫ ਅ ਹਾਰਸ ਦ ਸੋਲਜਰ ਵਾਸ ਲੋਸਟ। ਤੇ ਕਿਉਂਕਿ ਘੋੜਾ ਨਹੀਂ ਸੀਗਾ ਤੇ ਸੈਨਿਕ ਚਲਾ ਗਿਆ। ਫਾਰ ਵਾਂਟ ਆਫ ਅ ਸੋਲਜਰ ਦ ਕਿੰਗਡਮ ਵਾਸ ਲੋਸਟ। ਤੇ ਸੈਨਿਕ ਚਲਾ ਗਿਆ ਤੇ ਫਿਰ ਬਾਦਸ਼ਾਹ ਚਲੀ। ਸੋ ਵਾਂਟ ਆਫ ਅ ਨੇਲ ਦ ਕਿੰਗਡਮ ਵਾਸ ਲੋਸਟ। ਤੇ ਇੱਕ ਤੇ ਕਿੱਲ ਕਰਕੇ ਬਾਦਸ਼ਾਹ ਚਲੀ ਗਈ। ਯੂ ਸੀ ਦ ਸ਼ੂਜ਼ ਇਜ਼ ਦ ਮੋਸਟ ਇੰਪੋਰਟੈਂਟ ਥਿੰਗ ਫਾਰ ਅ ਸੋਲਜਰ। ਇਸ ਕਰਕੇ ਜਿਹੜੇ ਬੂਟ ਹੈਗੇ ਨੇ ਸਿਪਾਹੀ ਵਾਸਤੇ ਬਹੁਤ ਜ਼ਰੂਰੀ ਨੇ। ਸਪੈਸ਼ਲੀ ਇਨ ਦ ਟਾਈਮ ਆਫ ਦ ਰੋਮਨਸ। ਖਾਸ ਕਰ ਰੋਮੀਓ ਦੇ ਸਮੇਂ ਚ। ਆਈ ਵਾਂਟ ਟੂ ਡਿਸਕ੍ਰਾਈਬ ਅ ਬਿਟ। ਸੋ ਆਈ ਹੈਡ ਅ ਗੁੱਡ ਪਿਕਚਰ ਬਟ ਫਾਰ ਸਮ ਰੀਜ਼ਨ ਆਵਰ ਪਾਵਰ ਪੁਆਇੰਟ ਡਿਡ ਨਾਟ ਵਰਕ ਬਟ ਇਟ ਵੁੱਡ ਹੈਵ ਗਿਵਨ ਯੂ ਅ ਮੋਰ ਵਿਜ਼ੂਅਲ ਰਿਪ੍ਰੈਜ਼ੈਂਟੇਸ਼ਨ ਬਟ ਪੀਪਲ ਆਰ ਔਨ ਯੂਟਿਊਬ ਕੈਨ ਸੀ ਦੈਟ। ਯੂ ਸੀ ਦ ਰੋਮਨਸ ਅੰਡਰਸਟੂਡ ਦੈਟ ਦੇ ਹੈਡ ਟੂ ਮੇਕ ਦ ਸ਼ੂ ਦ ਮੋਸਟ ਸਟਰੋਂਗੈਸਟ ਪਾਰਟ ਆਫ ਦ ਹੋਲ ਆਰਮਰ। ਜੇ ਰੋਮੀਓ ਸੈਨਿਕਾਂ ਵਾਸਤੇ ਉਹ ਐਸੇ ਪੱਕੇ ਆਪਣਾ ਬੂਟ ਬਣਾਉਂਦੇ ਸੀ ਉਹਨਾਂ ਨੂੰ ਪਤਾ ਸੀ ਕਿ ਬਹੁਤ ਜ਼ਰੂਰੀ ਹੈ। ਬਿਕੋਜ਼ ਹੀ ਵਾਸ ਕੈਰਿੰਗ ਕੁਆਇਟ ਅ ਹੈਵੀ ਆਰਮਰ ਦ ਕਲੋਥਸ ਦੈਟ ਹੀ ਇਜ਼ ਵੇਅਰਿੰਗ। ਕਿਉਂਕਿ ਉਹਨਾਂ ਦਾ ਕਵਚ ਜਿਹੜਾ ਹੁੰਦਾ ਸੀ ਕਾਫੀ ਭਾਰੀ ਹੁੰਦਾ ਸੀ। ਸੋ ਦ ਸ਼ੂ ਹੈਡ ਟੂ ਬੇਅਰ ਹਿਮ ਐਂਡ ਦ ਆਰਮਰ ਦੈਟ ਹੀ ਵਾਸ ਵੇਅਰਿੰਗ। ਤੇ ਜਿਹੜੇ ਬੂਟ ਹੈਗੇ ਸੀ ਉਹ ਕਵਚ ਨੂੰ ਵੀ ਸਪੋਰਟ ਦਿੰਦੇ ਸੀ ਤੇ ਬੰਦੇ ਨੂੰ ਵੀ ਦਿੰਦੇ ਸੀ। ਇਮੇਜਿਨ ਵਾਟ ਪੌਲ ਇਜ਼ ਸੇਇੰਗ ਹੇਅਰ। ਹੀ ਟੋਲਡ ਅਸ ਵੀ ਹੈਵ ਟੂ ਸਟੈਂਡ ਵਿਦ ਆਫਟਰ ਆਲ ਵਾਟ ਵੀ ਹੈਵ ਡਨ। ਇਹ ਪੌਲਸ ਅਧਿਆ ਕਹਿਣਾ ਚਾਹ ਰਿਹਾ ਕਿ ਜੋ ਆਪਾਂ ਕਰਦੇ ਹੈਗੇ ਹਾਂ ਉਹਦੇ ਵਾਸਤੇ ਸਾਡਾ ਖੜੇ ਰਹਿਣਾ ਬਹੁਤ ਜ਼ਰੂਰੀ ਹੈ। ਸਟੈਂਡਿੰਗ ਫਰਮ, ਮਜ਼ਬੂਤੀ ਨਾਲ। ਸਲਿਪਿੰਗ ਇਜ਼ ਨਾਟ ਗੁੱਡ ਇਨ ਰੈਸਲਿੰਗ। ਅੱਗੇ ਪਿੱਛੇ ਹੋਣ ਨਾਲ ਲੜਾਈ ਦਾ ਕੋਈ ਮਜ਼ਾ ਨਹੀਂ ਹੈ। ਦ ਰੋਮਨ ਆਰਮੀ ਯੂਜ਼ ਟੂ ਮਾਰਚ ਫਾਰ ਲੌਂਗ ਡਿਸਟੈਂਸਸ। ਤੇ ਰੋਮੀਓ ਸੈਂਗ ਜਿਹੜੇ ਹੁੰਦੇ ਸੀ ਉਹ ਕਾਫੀ ਪੈਦਲ ਚੱਲਦੇ ਸੀ। ਦੇ ਯੂਜ਼ ਟੂ ਵੇਅਰ ਆਊਟ ਦ ਲੈਦਰ ਔਨ ਦ ਸ਼ੂਜ਼। ਉਹ ਬੂਟਾਂ ਦੇ ਉੱਪਰ ਚਮੜਾ ਪਾਉਂਦੇ ਸੀ। ਥਾਊਜ਼ੈਂਡਸ ਆਫ ਸੋਲਜਰਸ ਵੇਅਰ ਕਿਲਡ ਬਿਕੋਜ਼ ਦੇ ਡਿਡਨਟ ਹੈਵ ਪ੍ਰੋਪਰ ਸ਼ੂਜ਼। ਹਜ਼ਾਰਾਂ ਜਿਹੜੇ ਸੈਨਿਕ ਸੀਗੇ ਲੜਾਈ 'ਚ ਮਾਰੇ ਜਾਂਦੇ ਸੀ। ਇਫ ਯੂ ਡੋਂਟ ਹੈਵ ਪ੍ਰੋਪਰ ਸ਼ੂਜ਼ ਯੂ ਕੈਨੋਟ ਫਾਈਟ ਅ ਗੁੱਡ ਵਾਰ। ਜੇ ਤੁਹਾਡੇ ਕੋਲ ਪੱਛੇ ਬੂਟ ਨਹੀਂ ਹੋਣਗੇ ਤੁਸੀਂ ਲੜਾਈ ਨਹੀਂ ਲੜ ਸਕਦੇ। ਸੋ ਦ ਰੋਮਨਸ ਮੇਡ ਅ ਨਾਈਸ ਇਨਵੈਂਸ਼ਨ। ਇਸ ਕਰਕੇ ਰੋਮੀਓ ਉਹਨਾਂ ਨੇ ਖਾਸ ਅਵਿਸ਼ਕਾਰ ਕੀਤਾ। ਦੇ ਹੈਡ ਸੈਂਡਲਸ ਵਿਚ ਦੇ ਕੁਡ ਟਾਈ ਅਰਾਊਂਡ ਦੇਅਰ ਯੂ ਨੋ ਦੇਅਰ ਐਂਕਲ। ਉਹ ਐਸੇ ਬੂਟ ਬਣਾਉਂਦੇ ਸੀ ਜਿਹੜਾ ਕਿ ਗਿੱਟੇ ਦੇ ਨਾਲ ਬੰਨ ਸਕਦੇ ਸੀ। ਐਟ ਦ ਬੋਟਮ ਦੇ ਵਰ ਥਿਕ ਨੇਲਸ ਵਿਚ ਵੇਅਰ ਪੁੱਟ ਇਨ ਦ ਸੋਲ।
ਜਿਹੜਾ ਉਹਨੇ ਬੂਟ ਦੇ ਥੱਲੇ ਲੰਮੇ ਲੰਬੇ ਕਿੱਲ ਹੁੰਦੇ ਸੀ ਨੋ ਵਾਈਡ ਵਾਈਡ ਵਨਸ ਚੌੜੇ ਕਿੱਲ ਹੁੰਦੇ ਸੀ ਜਿਹੜੇ ਕਿ ਮਿੱਟੀ ਦਬ ਜਾਂਦੇ ਸੀ ਸੋ ਦੈਟ ਇਜ਼ ਕਾਲਡ ਹੌਬ ਨੇਲ ਇਫ ਯੂ ਵਾਂਟ ਟੂ ਯੂਜ਼ਿੰਗ ਪ੍ਰੋਪਰ ਇੰਗਲਿਸ਼ ਵਰਡ ਉਹਨੂੰ ਹੌਬ ਨੇਲ ਕਹਿੰਦੇ ਸੀ ਇਟਸ ਲਾਈਕ ਆਲਮੋਸਟ ਲਾਈਕ ਦ ਫੁੱਟਬਾਲ ਸ਼ੂ ਔਰ ਸੌਕਰ ਸ਼ੂਜ਼ ਸਿਮਿਲਰ ਟੂ ਦੈਟ ਜਿਵੇਂ ਅੱਜ ਕੱਲ੍ਹ ਫੁੱਟਬਾਲ ਦੇ ਸ਼ੌਕਰ ਦੇ ਬੂਟ ਹੁੰਦੇ ਨੇ ਇਟ ਗੇਵ ਦ ਸੋਲਜਰ ਦ ਅਬਿਲਿਟੀ ਟੂ ਸਟੈਂਡ ਵੈਨ ਹੀ ਇਜ਼ ਫਾਈਟਿੰਗ ਵਿਦ ਦ ਸਵੋਰਡ ਤੇ ਉਹ ਜਿਹੜਾ ਸੈਨਿਕ ਜੋ ਲੜ ਰਿਹਾ ਹੁੰਦਾ ਸੀ ਬੂਟ ਉਹਦੀ ਮਦਦ ਕਰਦੇ ਸੀ ਖੜੇ ਰਹਿਣ ਹੀ ਕੁਡ ਰਨ ਵਿਦ ਇਟ ਅਪ ਦ ਹਿੱਲ ਔਰ ਡਾਊਨ ਦ ਹਿੱਲ ਤੇ ਉਹ ਬੂਟਾ ਦੇ ਨਾਲ ਉਹ ਪਹਾੜ ਚੜ ਜਾਂਦਾ ਸੀ ਉਤੋਂ ਹੀ ਭੱਜ ਜਾਂਦਾ ਵਿਦਆਊਟ ਸਲਿਪਿੰਗ ਬਿਨਾਂ ਫਿਸਲੇ ਹੋਏ ਆਲਵੇਜ਼ ਏਬਲ ਟੂ ਸਟੈਂਡ ਹਮੇਸ਼ਾ ਖੜਾ ਰਹਿੰਦਾ ਸੀ ਐਂਡ ਟੂ ਮੇਕ ਇਟ ਵਰਸ ਦੇਸ ਟੂ ਦੀ ਆਰਮੀਸ ਯੂਜ਼ ਟੂ ਪੁੱਟ ਵੈਰੀ ਸ਼ਾਰਪ ਸਟਿਕਸ ਇਨ ਦ ਗਰਾਊਂਡ ਇਟ ਇਜ਼ ਲਾਈਕ ਵਾਟ ਟੂਡੇ ਦੇ ਪੁੱਟ ਮਾਈਨਸ ਲਾਈਕ ਦੈਟ ਇਟ ਵਾਸ ਸ਼ਾਰਪ ਸਟਿਕਸ ਅਤੇ ਉਹ ਜਿਹੜੇ ਆਪਣੇ ਬੜੇ ਨੁਕੀਲੇ ਜਿਹੜੇ ਆਪਣਾ ਸਟਿਕ ਸੀਗੇ ਉਹ ਵੀ ਨਾਲ ਲਗਾਉਂਦੇ ਸੀ ਐਂਡ ਦੇ ਵਰ ਕੈਮੋਫਲੈਜਡ ਕੈਮੋਫਲੈਜ ਮੀਨਸ ਦੇ ਵਰ ਹਿਡਨ ਤੇ ਉਹ ਨਾਲੇ ਲੁਕੇ ਹੁੰਦੇ ਸੀ ਐਂਡ ਦੇ ਯੂ ਨੋ ਵੈਨ ਦ ਸੋਲਜਰ ਸਟੈਪਡ ਔਨ ਇਟ ਇਟ ਯੂਜ਼ ਟੂ ਗੋ ਇਨ ਹਿਸ ਫੀਟ ਤੇ ਜਦੋਂ ਆਪਣਾ ਸਿਪਾਹੀ ਖੜਾ ਹੁੰਦਾ ਸੀ ਤਾਂ ਉਹਦੇ ਪੈਰ ਹੀ ਚੁੱਭਦੇ ਸੀ ਯੂ ਨੋ ਸੋਲਜਰ ਇਫ ਹੀ ਇਜ਼ ਗੋਟ ਅ ਇਟ ਗੋਟ ਪੋਕਡ ਵਿਦ ਇਟ ਐਂਡ ਹਿਸ ਫੀਟ ਇਜ਼ ਬਲੀਡਿੰਗ ਇਟਸ ਆਲਮੋਸਟ ਸਰਟਨ ਡੈਥ ਇਫ ਦੇ ਡੋਂਟ ਟੇਕ ਹਿਮ ਕੁਇਕਲੀ ਟੂ ਸਮ ਪਰਸਨ ਹੂ ਕੈਨ ਪੈਚ ਇਟ ਅਪ ਤੇ ਜਦੋਂ ਆਪਣਾ ਉਹਦੇ ਪੈਰ ਵਿੱਚ ਨੇਲ ਖੁੱਭ ਜਾਂਦਾ ਸੀ ਖੂਨ ਨਿਕਲਦਾ ਸੀ ਤੇ ਜੇ ਉਹਨੂੰ ਫਟਾਫਟ ਕਿਧਰੇ ਨਾਲ ਲੈ ਕੇ ਜਾਣ ਤਾਂ ਉਹਨੇ ਮਰਨ ਦਾ ਅੰਦੇਸ਼ਾ ਰਹਿੰਦਾ ਸੀ ਇਸ ਪੌਲ ਟ੍ਰਾਇੰਗ ਟੂ ਬ੍ਰਿੰਗ ਆਊਟ ਅ ਟਰੂਥ ਲੁਕਿੰਗ ਐਟ ਦ ਸੋਲਜਰਸ ਯੂਨੀਫਾਰਮ ਤੇ ਪੌਲੂ ਸਾਨੂੰ ਇੱਕ ਬੜਾ ਵੱਡਾ ਸੱਚ ਦੱਸ ਰਿਹਾ ਹੈ ਜਦੋਂ ਇੱਕ ਸੈਨਿਕਾਂ ਦੇ ਕੱਪੜਿਆਂ ਵੱਲ ਦੇਖ ਰਿਹਾ ਹੀ ਸੈਡ ਇਨ 6 ਐਫੀਸ਼ੀਅੰਸ 6:15 ਹੈਵ ਯੋਰ ਫੀਟ ਸ਼ੋਡ ਵਿਦ ਦ ਪ੍ਰੀਪਰੇਸ਼ਨ ਆਫ ਦ ਗੋਸਪਲ ਆਫ ਪੀਸ 6:15 ਯੈਸ ਯੂ ਕੈਨ ਰੀਡ ਦੇਅਰ ਐਂਡ ਯੋਰ ਫੀਟ ਸ਼ੋਡ ਵਿਦ ਦ ਪ੍ਰੀਪਰੇਸ਼ਨ ਆਫ ਦ ਗੋਸਪਲ ਆਫ ਪੀਸ ਔਰ ਪਾਓ ਮੇ ਮੇਲ ਕੇ ਸੁਸਮਾਚਾਰ ਕੀ ਤਿਆਰੀ ਕੇ ਬੂਟ ਪਹਿਨ ਕਰ ਦ ਆਈਡੀਆ ਇਜ਼ ਦੈਟ ਯੂ ਹੈਵ ਟੂ ਈਵਨ ਵੇਅਰ ਫੁੱਟਵੇਅਰ ਵਿਚ ਵਿਲ ਨਾਟ ਅਲਾਉ ਯੂ ਟੂ ਸਲਿਪ ਇਸ ਕਰਕੇ ਉਹ ਕਹਿਣਾ ਚਾਹੁੰਦਾ ਕਿ ਤੁਸੀਂ ਇੱਦਾਂ ਦੇ ਬੂਟ ਪਾਓ ਤਾਂ ਕਿ ਤੁਸੀਂ ਫਿਸਲੋ ਨਹੀਂ ਮੈਨੀ ਪੀਪਲ ਥਿੰਕ ਦਿਸ ਇਜ਼ ਦ ਇਟ ਇਜ਼ ਵਾਟ ਇਜ਼ ਅ ਕਾਲ ਟੂ ਗਿਵ ਦ ਗੋਸਪਲ ਕਈ ਲੋਕ ਸੋਚਦੇ ਨੇ ਕਿ ਤੁਹਾਡੀ ਬੁਲਾਹਟ ਹੈਗੀ ਹੈ ਕਿਸੇ ਤੁਸੀਂ ਜਾ ਕੇ ਸੁਸਮਾਚਾਰ ਦਿਓ ਆਈਵ ਸੀਨ ਮੈਨੀ ਪੀਪਲ ਕਨੈਕਟਡ ਟੂ ਰੋਮਨਸ 10:15 ਬਹੁਤ ਸਾਰੇ ਲੋਕ ਰੋਮੀਓ 10-15 ਨਾਲ ਜੋੜਦੇ ਨੇ ਹਾਊ ਕੈ ਹਾਊ ਸ਼ੈਲ ਦੇ ਪ੍ਰੀਚ ਐਕਸੈਪਟ ਦੇ ਬੀ ਸੈਂਟ ਐਜ਼ ਇਟ ਇਜ਼ ਰਿਟਨ ਹਾਊ ਬਿਊਟੀਫੁਲ ਆਰ ਦ ਫੀਟ ਆਫ ਦੈਮ ਦੈਟ ਪ੍ਰੀਚ ਦ ਗੋਸਪਲ ਆਫ ਪੀਸ ਐਂਡ ਬ੍ਰਿੰਗ ਗਲੈਡ ਟਾਈਡਿੰਗਸ ਆਫ ਗੁੱਡ ਥਿੰਗਸ ਔਰ ਪ੍ਰਚਾਰਕ ਬਿਨਾਂ ਕਿਉਂ ਕਰ ਸੁਨੇ ਜਾਂ ਯਦੀ ਭੇਜੇ ਨਾ ਜਾਏ ਤਾਂ ਕਿਉਂ ਕਰ ਪ੍ਰਚਾਰ ਕਰੇ ਜੈਸਾ ਲਿਖਾ ਹੈ ਕਿ ਉਸਕੇ ਪਾਓਂ ਕਿਆ ਉਨਕੇ ਪਾਓਂ ਕਿਆ ਹੀ ਸੁਹਾਵਨੇ ਹੈ ਜੋ ਅੱਛੀ ਬਾਤੋਂ ਕਾ ਸੁਸਮਾਚਾਰ ਸੁਣਾਤੇ ਹੈ ਆਈ ਸੇ ਦੈਟ ਦਿਸ ਇਜ਼ ਅ ਮਿਸ ਐਪਲੀਕੇਸ਼ਨ ਮੇਰੇ ਹਿਸਾਬ ਨਾਲ ਇਹ ਵਚਨ ਨੂੰ ਗਲਤ ਤਰੀਕੇ ਨਾਲ ਪੇਸ਼ ਹੈ ਦਿਸ ਵਰਸ ਹੈਜ਼ ਨਥਿੰਗ ਟੂ ਡੂ ਵਿਦ ਸ਼ੂਜ਼ ਇਹ ਜਿਹੜਾ ਪਰਮੇਸ਼ਰ ਦਾ ਵਚਨ ਹੈਗਾ ਹੈ ਇਹਦਾ ਇੱਥੇ ਸੈਨਿਕ ਦੇ ਬੂਟਾਂ ਨਾਲ ਕੋਈ ਤਾਲੁਕ ਨਹੀਂ ਦਿਸ ਹੈਜ਼ ਨਥਿੰਗ ਟੂ ਡੂ ਵਿਦ ਵਾਰਫੇਅਰ ਇਹਦਾ ਕੋਈ ਲੜਾਈ ਨਾਲ ਵੀ ਕੋਈ ਮਤਲਬ ਨਹੀਂ ਹੈ ਇਟ ਇਜ਼ ਸੇਇੰਗ ਦੈਟ ਦ ਪੀਪਲ ਹੂ ਬ੍ਰਿੰਗ ਦ ਗੋਸਪਲ ਇਜ਼ ਗੋਇੰਗ ਟੂ ਬੀ ਬਲੈਸਡ ਉਹ ਇੱਥੇ ਕਹਿਣਾ ਚਾਹ ਰਿਹਾ ਕਿ ਜਿਹੜੇ ਸੁਸਮਾਚਾਰ ਲੈ ਕੇ ਆਉਂਦੇ ਨੇ ਉਹ ਆਸ਼ੀਸ਼ ਪਾਉਂਦੇ ਨੇ ਇਨ ਚੈਪਟਰ 6 ਆਫ ਐਫੀਸ਼ੀਅੰਸ ਹੀ ਇਜ਼ ਨਾਟ ਟਾਕਿੰਗ ਅਬਾਊਟ ਗੋਇੰਗ ਐਨੀਵੇਅਰ ਇਫਸੀਅਨ 6 ਹੀ ਜੋ ਕਿਤੇ ਜਾਣ ਦੀ ਗੱਲ ਨਹੀਂ ਕਰਦਾ ਹੀ ਇਜ਼ ਨਾਟ ਟਾਕਿੰਗ ਅਬਾਊਟ ਟੇਕਿੰਗ ਦ ਗੋਸਪਲ ਟੂ ਸਮਬਡੀ ਉਹ ਉੱਥੇ ਸੁਭ ਸਮਾਚਾਰ ਨੂੰ ਕਿਤੇ ਕੋਲ ਲੈ ਕੇ ਜਾਣ ਦੀ ਗੱਲ ਨਹੀਂ ਕਰ ਰਿਹਾ ਹੀ ਇਜ਼ ਟਾਕਿੰਗ ਅਬਾਊਟ ਸਟੈਂਡਿੰਗ ਉਹ ਖੜਾ ਰਹਿਣ ਦੀ ਗੱਲ ਕਰ ਰਿਹਾ ਦ ਇਸ਼ੂ ਇਜ਼ ਨਾਟ ਇਵੈਂਜੇਲਿਜ਼ਮ ਇੱਥੇ ਪ੍ਰਚਾਰ ਦਾ ਮੁੱਦਾ ਨਹੀਂ ਹੈ ਦ ਇਸ਼ੂ ਇਜ਼ ਟੇਕਿੰਗ ਅ ਫਰਮ ਸਟੈਂਡ and stand your ground against the onslaught of the devil athe jada apna shaitan sade te chida sidda hai ka unda samna karke pakka khade hon di gal karda Ephesians 6 is talking more like 1 Corinthians 16:13 ifsia 6 us tarah gal karda hai jada main pehla Corinthians 16 da 13 kanda hai watch ye stand fast in the faith quit you like men be strong oh kanda hai jagte raho vishwas mein sthir raho ਪੁਰਸ਼ਾਰਥ ਕਰੋ ਔਰ ਬਲਵੰਤ ਹੋ ਆਈਡੀਆ ਇਜ਼ ਕੀਪ ਯੂਰ ਫੀਟ ਇਨ ਦ ਗੋਸਪਲ ਦੈਟ ਵਾਸ ਗਿਵਨ ਟੂ ਯੂ ਸਟੈਂਡ ਦੈਟ ਯੂ ਹੈਵ ਬੀਨ ਸੇਵਡ ਨਥਿੰਗ ਕੈਨ ਸ਼ੇਕ ਮੀ ਨਥਿੰਗ ਕੈਨ ਮੂਵ ਮੀ ਐਂਡ ਵੈਨ ਦ ਡੈਵਲ ਕਮਸ ਵਿਦ ਹਿਸ ਬਲੋਜ਼ ਯੂ ਆਰ ਏਬਲ ਟੂ ਸਟੈਂਡ ਯੂ ਵਿਲ ਨਾਟ ਸ਼ੇਕ ਇੱਥੇ ਉਹ ਕਹਿਣਾ ਚਾਹ ਰਿਹਾ ਜਿਹੜਾ ਤੁਹਾਨੂੰ ਵਚਨ ਦਿੱਤਾ ਗਿਆ ਹੈਗਾ
वो वचन लैके तुसी मजबूती ना खड़े रहो, तुसी हिलो ना, मतलब घबराओ ना, जो वचन दिता गया उन्हें मजबूती ना खड़े रहो। दैट इज द प्रिपरेशन ऑफ द गॉस्पल। ऐ साड़ी तैयारी है ये समाचार सुनान दी। आई एम सेव्ड, नाइदर द डेविल नॉर एनीथिंग कैन शेक मी, आई एम स्टैंडिंग ऑन द सल्वेशन गॉड हैज गिवन मी। जो उद्धार परमेश्वर ने मन दिता है वो भावे शैतान आ जाए, भावे जो मर्जी हो जाए, मैनू जरा उद्धार तो कोई अगे पिछे नहीं कर सकता। The gospel of peace is the gospel. परमेश्वर का वचन जरा है वो शांति का वचन। It is sometimes called gospel of Christ. जिन्हों कई बार प्रभु यीशु मसीह का अपना सुसमाचार किया जाता है। Sometimes it's called gospel of peace. कई बार शांति का समाचार किया जाता है। Sometimes it's called gospel of God. If you read Romans 1. जब आप रोमियो एक पढ़िए तो परमेश्वर का सुसमाचार है। It is the good news that we have received as individuals. Which we accepted and we believed that Jesus Christ died on the cross for us and we were transformed. ऐ सुसमाज आसन दिता गया कि प्रभु यीशु मसीह साडे करके सलीब ते चढ़े ते आपा रब दे द्वारा बचाए गए हां। This is what is written in Romans 5:1. रोमियो 5:1 यो गल कहंदा है। Therefore being justified by faith we have peace with God through our Lord Jesus Christ. सो जब हम विश्वास में धर्मी ठहरे तो अपने प्रभु यीशु मसीह के द्वारा परमेश्वर के साथ मेल रखें। पीस विद गॉड मीन्स व्हाट? परमेश्वर ने शांति का की मतलब है। गॉड इज नॉट अगेंस्ट अस। परमेश्वर साडे खिलाफ तो नहीं है। गॉड इज विद अस। वो साडे नाल है। हालेलुया। हालेलुया। गॉड इज विद अस। परमेश्वर साडे नाल है। इट टेक्स अस बैक टू एफिशिएंस 6:10 व्हाट आई रेड। ओ सानू इफ्तिया 6:10 से लेके जाता जर मैं पढ़े। फाइनली माय ब्रदरिन बी स्ट्रांग इन द लॉर्ड एंड इन द पावर ऑफ हिज माइट। निदान प्रभु में और उसकी शक्ति के प्रभाव में बलवंत बनो। इट मीन्स ही इज ऑन माय साइड, नथिंग द डेविल कैन डू टू मी। इना मतलब है रब साडे वाला है, शैतान साडा कुछ नहीं कर सकता। कम ऑन डेविल, टेक योर बेस्ट शॉट, गॉड इज विद मी। शैतान तू जेड़ा मर्जी काम कर ले, रब मेरे नाल है। सैटन मे कम एट अस। हो सकता है शैतान साडे खिलाफ आवे, टेम्पटिंग दिस वे दैट वे, सानू एवें प्रभावे ओए प्रभावे, बट वी आर स्ट्रांग बिकॉज़ गॉड इज विद अस। पर असी मजबूत है गया क्योंकि रब साडे नाल। आई वांट टू ब्रिंग एन इंटरेस्टिंग इंसिडेंट इन द स्क्रिप्चर। एक मैं तुहानू खास गल दसना चाहना वचन चो। रिमेंबर इन द गार्डन ऑफ गेत्सेमने पीटर टुक द स्वॉर्ड एंड कट द ईयर ऑफ द हाई प्रीस्ट सर्वेंट। जदों गेत्सेमने बाग सीगे ते पतरस ने तलवार नाल जरा अपना महाप्रीस्ट दा सेवक सीगा उहदा कान कटता। मालकस वाज द नेम ऑफ दैट मैन। मालकस उहदा नाम सी। व्हाट डू यू थिंक मेड पीटर फील सो स्ट्रांग एट दैट टाइम? की तुम सोचो की गल हुई होगी कि पतरस में इतनी मजबूती आ गई? इट्स सच अ स्ट्रेंज इंसिडेंट। एक बड़ा अजीब काम है। पीटर हु वाज लेटर ऑन प्रूव्ड ही वाज अ कवर्ड। जेड़ा कि पतरस बाद ही पता लगया कि डरपोक सी। ही वाज टोटली कवर्ड। वो पूरी तरह डरपोक सी। बट व्हाट मेड हिम एट दैट टाइम फील दैट ही इज द स्ट्रांगेस्ट मैन? पर किस चीज ने उन्हें उस टाइम अपना याद किया कि वो बहुत मजबूत है? ही सॉ द कन्वर्सेशन बिटवीन लॉर्ड जीसस एंड द पीपल हु केम टू अरेस्ट हिम। उन्हें देखा कि जेड़े उन्होंने प्रभु यीशु मसीह गिरफ्तार करने आए थी उन्होंने की गलबात। लॉर्ड जीसस सेड आई एम। प्रभु यीशु मसीह ने कहा मैं हैगा वहां। एंड दे फेल फ्लैट। तो सारे गिर गए। द होल क्राउड ऑफ पीपल हु केम टू अरेस्ट हिम फेल फ्लैट। सारी जेड़ी भीड़ सी वो जमीन पे गिर गई। पीटर सॉ दैट। पतरस ने देखा। दिस गॉड इज विद मी। उन्हें कहा ऐ रब मेरे नाल है। Who is there stronger than him? इन्ना तो मजबूत कौन हो सकता है? You guys are trying to come and arrest him. I am going to cut your neck. वो कहना तू समझ तू इन्ना नु गिरफ्तार करने आयो मैं तोड़ी तोहूं उतारदा। I think he went to cut his neck but he cut his ear. That's what I think personally. मेरा ख्याल है गर्दन उतारना चाहता सी उसका कान उतारता। All we need is Christ. When he is with us we can face anybody. ਉਹ ਜੇ ਸਾਡੇ ਨਾਲ ਪ੍ਰਭੂ ਯੇਸ਼ੂ ਮਸੀਹ ਹੈਗੇ ਨੇ ਤੇ ਅਸੀਂ ਕੋਈ ਹਰ ਚੀਜ਼ ਦਾ ਸਾਹਮਣਾ ਕਰ ਸਕਦੇ ਹਾਂ। ਈਵਨ ਸੈਟਨ ਲੈਟ ਹਿਮ ਕਮ। ਭਾਵੇਂ ਸ਼ੈਤਾਨ ਆ ਜਾਏ। ਹੂ ਇਜ਼ ਵਿਦ ਯੂ? ਸਾਡੇ ਨਾਲ ਕੌਣ ਹੈ? ਹੂ ਇਜ਼ ਇਨ ਯੂ? ਸਾਡੇ ਅੰਦਰ ਕੌਣ ਹੈ? ਦ ਸਟਰੋਂਗੈਸਟ, ਦ ਕਿੰਗ ਆਫ ਕਿੰਗਸ, ਦ ਲਾਰਡ ਆਫ ਲਾਰਡਸ, ਐਵਰਲਾਸਟਿੰਗ ਫਾਦਰ। ਹਾਲੇਲੂਇਆ। ਰਾਜਾ ਪ੍ਰਭੂਆਂ ਦਾ ਪ੍ਰਭੂ, ਹਮੇਸ਼ਾ ਰਹਿਣ ਵਾਲਾ ਪਰਮੇਸ਼ਵਰ ਸਾਡੇ ਅੰਦਰ ਹੈ। ਬਟ ਵੈਨ ਵੀ ਫੋਰਗੇਟ ਦੈਟ। ਪਰ ਜਦੋਂ ਅਸੀਂ ਭੁੱਲ ਜਾਂਦੇ ਹਾਂ। ਵੈਨ ਵੀ ਹੈਵ ਡਾਊਟਸ। ਜੋ ਸਾਨੂੰ ਸ਼ੱਕ ਆਉਂਦੇ ਨੇ, Satan will play havoc in our lives. ਫਿਰ ਸ਼ੈਤਾਨ ਸਾਡੇ ਜੀਵਨ ਨੂੰ ਤਹਿਸ ਨਹਿਸ ਕਰਦਾ ਹੈ। We'll get afraid. ਫਿਰ ਅਸੀਂ ਡਰ ਜਾਂਦੇ ਹਾਂ। We'll be fearful. ਫਿਰ ਆਪਾਂ ਨੂੰ ਡਰ ਲੱਗਦਾ ਹੈ। We'll be afraid to fall.
फिर ऐसे लगता है गिरना चाहिए. Doesn't matter, my dear brothers and sisters. मेरे भैन भरा कोई फर्क नहीं पड़ता. You fall, it's not a problem. जब आप गिर जाने को फर्क नहीं. But what you do with the fall is the critical key God is looking at. पर गलता क्या है गिर के की करने हैं वो जरूरी है. We have nothing to fear. किसी चीज तो डरन की लोड़ नहीं. Nothing can separate us from the love of God. कोई भी सानू परमेश्वर दे प्रेम तो जुदा नहीं कर सकता. We have made peace with God. साड़ी रब दे नाल शांति है. He has given us power to become children of God. ओने सानू ताकत दिते किसे उन्दे बच्चे दे बच्चे होई. We are joint heirs with Christ. असी प्रभु यीशु मसीह नाल सांझा अपना हिसाब रखने हैं. Nothing the devil brings can do anything for us as far as this relationship is concerned. शैतान जो मर्जी युक्ति ले आवे कोई भी चीज सानू उन्ना दे प्रेम तो जुदा नहीं कर सकती. Romans 8:38-39 says like this. रोमियो 8:38-39 कहता है. For I am persuaded that neither death nor life nor angels nor principalities nor powers nor things present is covered all the hierarchy of the devils. Remember this. Nor things to come, nor height, nor depth, nor any other creature shall be able to separate us from the love of God, which is in Christ Jesus our Lord. क्योंकि मैं निश्चय जानता हूँ कि ना मृत्यु, ना जीवन, ना स्वर्ग दूत, ना प्रधानताएं, ना वर्तमान, ना भविष्य, ना सामर्थ, ना ऊंचाई, ना गहराई, और ना कोई और सृष्टि हमें परमेश्वर के प्रेम से जो हमारे प्रभु यीशु मसीह में है अलग कर सकती है. People say, oh, King of Persia, we have to bind him. लोग की घबराए ना कहने पर्शिया का राजा आ गया उन्होंने बनो. Oh, King of Toronto, we have to bind that fellow. Toronto का King आ गया उन्होंने बनो. Oh, Devil, we have to bind him. शैतान आ गया उन्होंने बनो. Rubbish. सब बेकार है. We have the King of Kings, Lord of Lords living with us. And His Holy Spirit is in us. Who can touch us? साढ़े को राजा उन्दा राजा प्रभु उन्दा प्रभु है पवित्र आत्मा साढ़े अंदर है कहने सानू कौन छू सकता है? You see, when a child grows in your house, ये तो एक बच्चा कार्य बढ़ा उन्दा है. He will be when he plays with fire. ये तो आग ना खेलता है. If he doesn't listen to you, what do? ये तो थोड़ी नहीं सुनता सुखी करते हो. You allow him to touch. तुझे कहने दो लगा ला हाथ. Once he realizes that it burns, he will never in his life touch it. उन्हें एक बार पता लग जाएगा कि जल जाता है दोबारा कभी हाथ नहीं लाएगा. You are around to see that he won't hurt himself, but you want him to experience that. तुसी उन्हें आसपास हो कि उन्हें नुकसान ना पहुंचे पर तू चाहते हो कि तजुर्बा करे. God is our father. परमेश्वर साड़ा पिता है. He'll say, बेटा don't do. वो कहते हैं बेटा काम ना कर. But we want to do. पर असि करना चाहते हैं. Because our flesh is weak. क्योंकि साड़ा शरीर कमजोर है. Oh, he'll say, okay, devil. Go and give him some poke here. तेरा आप कहते हैं शैतान थोड़ा इन्होंने poke कर लाया. So the Satan will come and poke you there. फिर शैतान आके चुबन देता है. Oh, it is burning, Lord, it is burning. अपा कहते हैं अभी मैं तक राजा ने ऐसी burning. Bind you, devil. अपा कहते हैं शैतान मैं devil says I don't care. God has given me permission. शैतान कहता है मनु कोई फर्क नहीं पड़ता मंत्र आपने किया. Doesn't matter what you say, scream in the name of Jesus, not in the name of Jesus. It doesn't care. He says, God has given me permission. I am going to do it. वो कहने हैं मनु रब ने इजाजत दी है तुसी जो मर्जी बंदे हो ना की फर्क पड़ता है. That's what he did to Paul. Paul उस दाव नहीं होगी था. But in another scenario, if a devil has entered into some other human being, you have the right to deliver that human being. Because why? Why you have the right? Because that human being is made in the image of God. Satan doesn't have any authority there. Hallelujah. Hallelujah. पर जे किसी दूसरे इंसान शैतान होए रब ने तुहानू अधिकार दिता है क्योंकि सारे जे इंसान है ने वो परमेश्वर की सूरत दे विच बने ने. इफ यू वॉन्ट टू बी ट्रायम्फेंट यू वॉन्ट टू लिव ए विक्टोरियस लाइफ यू हैव टू वेयर द आर्मर ऑफ गॉड. इस करके जे तुसी जेतू होना चाहते हो जीवन तो जरूरी है कि परमेश्वर का कवच पहनो. वी हैव लुक्ड एट थ्री पार्ट्स ऑफ द आर्मर और थ्री पीसेस ऑफ द आर्मर. असी कवच के तीन हिस्से देखे ने. And it helps us to understand something I'm driving about, that this is a way of life. The armor of God is a way of life. It is not something you wear and take it out. Wear and take it out. Put on means it is forever. As karke main tuhanu dassna chahna ki eh jara kavach hai gaya ne apan pa liye utar diye eh hamesha paane te sade jeevan da ik rasta ban jana chahida hai. It is like a software update. ਜਿਵੇਂ ਇੱਕ ਸੋਫਟਵੇਅਰ ਅਪਡੇਟ ਹੁੰਦਾ. ਵਾਂਸ ਯੂ ਅਪਡੇਟ ਦ ਸੋਫਟਵੇਅਰ ਯੂ ਕੈਨੋਟ ਗੋ ਬੈਕ ਟੂ ਦ ਓਲਡ ਵਰਸ਼ਨ. ਜਦੋਂ ਇੱਕ ਵਾਰ ਆਪਾਂ ਅਪਡੇਟ ਕਰ ਲੈਂਦੇ ਹਾਂ
फिर वो वापस दोबारा पुराने वर्षन जाता है। When you wear the armor, ऐस करके जो उसी कवच धारण करने हैं, you can't go back to being without the armor. जैसे दोबारा फिर अपने पुराने कम्बाइज बिना कवच पाए नहीं जा सकते। So it's very important that we wear the armor and you know wrestle against the devil. ऐस करके बहुत जरूरी है कि है जैसे कवच पाइए तो जरा सानू माल जो उधर आपने करने क्या क्या है उन्हें चलिए। The question I want to ask you is this. ये सवाल मैं तुम्हें पूछना चाहना। How much do we want to win? कितना ज्यादा असि चाहते हैं कि असी जीती है। हाउ मच इज इट इंपॉर्टेंट टू विन इन योर लाइफ। तुहाडे जीवन जीतना क्या कितना जरूरी है। आर वी कंटेंट टू लिव दिस मीडियोकर लो लाइफ क्रिश्चियन। क्या असी जरा एक आम मसीह जीवन लोग जिंदे पे ने उस तरह अपन तसली है। सैटिस्फाइड विद दिस पेटी सिंस। कि आप छोटे छोटे गुना करके अपने तसली रखी है। आर यू सैटिस्फाइड विद दिस मार्जिनल कमिटमेंट टू गॉड। या जरा अद्धा दूरा रब न अपना दिल दें तसली है। आर यू इनडिफरेंट टू द थिंग्स ऑफ गॉड। क्या तुम रब के कमां तो अपना नजरअंदाज है। यू लूज रिपीटेडली माई डियर ब्रदर्स एंड सिस्टर्स। जी ऐसे है मेरे भैन भरा बार बार नुकस मतलब नॉट लूज योर सैलवेशन। आप उद्धार तो नहीं छुपकर छड़ांगे। बट यू आर वी आर मेकिंग आवरसेल्व्स टोटली यूजलेस फॉर द यूज ऑफ द मास्टर। पर जरा परमेश्वर साढ़े तो जरा काम लेना चाहता है असी ओंदे ही नाकामयाब होवांगे। इंस्टेड ऑफ वेल डन यू विल गेट करेक्शन यू विल गेट द रैथ ऑफ गॉड। इस तो बेहतर कि रब कहे कि मेरा अच्छा बेटा है तो रब का कोप होएगा तो रब तुहानू इम्तिहान भेजेगा। आर वी मॉडिफाइंग द डीड्स ऑफ आवर फ्लैश। क्या असी अपने शरीर के जो अपना ताकत है ने उन्होंने मारते पे हाँ। डू वी रियली वॉन्ट टू गो डू यू रियली वॉन्ट टू विन दिस वॉर। क्या असी वाकई इस युद्ध शामिल होना चाहते हैं। आर वी कमिटेड टू द ट्रूथ द वर्ड ऑफ गॉड। क्या असी जे परमेश्वर के वचन की सच्चाई हैगी है उन्हें पक्का रखना चाहते। आर यू वी विलिंग टू गो टू वॉर ऑन दोज कन्विक्शंस। क्या तुम जो रब ने गल की ने उन्हें लड़ाई जाने तैयार हो। आर वी सेकेंड क्वेश्चन आर वी कंटेंट living an unholy life। ya assi jehda papi jeevan jee reha ohde ch apan nu tasalli hai ki hai। are we happy with the sin that so easily holds us down। ya apa khush hai gaye oh chote chote guna jehde hai ne jehde sanu daba ke rakhde ne। thirdly do you have the shoes to walk into the lion's den। ya tode kol oh boot hai gaye ne jinne naal tu sheran di baan de vich ja sako। ask ourselves ask yourself my dear brothers and sisters do I really want to win। mere pehn bhrao apne aap ne sawal puchho kya tusi jit paana chahnde ho। do I really want to live a holy life। kya main waqai pavitrata da jeevan jeena chahna। am I able to battle this battle। kya jehri ladai hagi hai eh ladan nu main taiyar haga। am I able to identify the strength that comes from the lord। kya mainu pata hai ki kehdi taakat hagi hai ਜਿਹੜਾ ਪਰਮੇਸ਼ਵਰ ਮੈਨੂੰ ਦਿੰਦਾ। Let's bow our heads, close our eyes। ਆਪਾਂ ਅੱਖਾਂ ਬੰਦ ਕਰਾਂਗੇ ਸਿਰ ਝੁਕਾਵਾਂਗੇ। Just meditate on what I have said। ਜੋ ਕੁਝ ਮੈਂ ਕਿਹਾ ਉਹਦੇ ਤੇ ਮੰਥਨ ਕਰੋ। Think about it। ਸੋਚੋ। The Lord has given us his entire world to us। ਪਰਮੇਸ਼ਵਰ ਨੇ ਸਾਨੂੰ ਆਪਣਾ ਪੂਰਾ ਵਚਨ ਦਿੱਤਾ ਹੈ। He has given everything to us। ਉਹਨਾਂ ਨੇ ਸਾਨੂੰ ਸਭ ਕੁਝ ਦਿੱਤਾ ਹੈ। He has not held back anything। ਉਹਨਾਂ ਨੇ ਕੁਝ ਨਹੀਂ ਰੱਖ ਛੋੜਿਆ। Why do we need to live this defeated lives? ਕਿਉਂ ਅਸੀਂ ਹਾਰਿਆ ਹੋਇਆ ਜੀਵਨ ਜੀਣਾ ਚਾਹੁੰਦੇ ਆ? Many we are living our lives without the knowledge even of this wrestling and war which is going on। ਅਸੀਂ ਆਪਣਾ ਜੀਵਨ ਜੀ ਰਹੇ ਸਾਨੂੰ ਪਤਾ ਹੀ ਨਹੀਂ ਵੀ ਇਸ ਤਰ੍ਹਾਂ ਦਾ ਕੋਈ ਯੁੱਧ ਹੈਗਾ ਜਿਹਦੇ ਵਿੱਚ ਅਸੀਂ ਸ਼ਾਮਲ ਹੈਗੇ ਆ। Because in this many years I have not heard anybody talk that this is the struggle and I'm winning pastor, this is what I'm doing, I'm winning। ਕਿਉਂਕਿ ਮੈਨੂੰ ਕਿਸੇ ਨੇ ਨਹੀਂ ਕਿਹਾ ਕਿ ਇਸ ਤਰ੍ਹਾਂ ਦੀ ਜਿਹੜਾ ਯੁੱਧ ਹੈਗਾ ਜਾਂ ਮੁਸ਼ਕਤ ਹੈ ਮੈਂ ਕਰ ਰਿਹਾ ਅਤੇ ਉਹਦੇ 'ਚ ਮੈਂ ਜਿੱਤ ਪ੍ਰਾਪਤ ਕਰ ਰਿਹਾ। Nobody speaks about this war। ਕੋਈ ਬੰਦਾ ਇਸ ਲੜਾਈ ਦੀ ਗੱਲ ਨਹੀਂ ਕਰਦਾ। ਇਟਸ ਦ ਮੋਸਟ ਇੰਪੋਰਟੈਂਟ ਵਾਰ ਆਫ ਆਵਰ ਲਾਈਫਸ। ਇਹ ਜਿਹੜੇ ਸਾਡੇ ਜੀਵਨ ਦੀ ਸਭ ਤੋਂ ਜ਼ਰੂਰੀ ਲੜਾਈ ਹੈ। ਇਮੈਜਿਨ ਵੈਨ ਯੂ ਕੇਮ ਟੂ ਦੀ ਕੰਟਰੀ ਨਿਊ ਯੂ ਹੈਡ ਟੂ ਫਾਈਟ ਅਗੇਂਸਟ ਸੋ ਮੈਨੀ ਔਡਸ ਟੂ ਸੈਟਲ ਡਾਊਨ ਐਂਡ ਹੈਵ ਅ ਸਕਸੈਸਫੁਲ ਲਾਈਫ। ਜਦੋਂ ਆਪਾਂ ਨਵੇਂ ਦੇਸ਼ ਵਿੱਚ ਆਏ ਸੀ ਤਾਂ ਆਪਾਂ ਨੂੰ ਬਹੁਤ ਸਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤਾਂ ਕਿ ਅਸੀਂ ਇੱਥੇ ਖੜੇ ਰਹਿ ਸਕੀਏ। ਇਟ ਵਾਜ਼ ਲਾਈਕ ਅ ਮਿਨੀ ਵਾਰ। ਉਹ ਇੱਕ ਤਰ੍ਹਾਂ ਦਾ ਛੋਟਾ ਯੁੱਧ ਸੀਗਾ।
But once you settle down, you look back and think, oh, it was a terrible time, but now God has brought us here. ਪਰ ਜਦੋਂ ਅਸੀਂ ਉਹਦੇ ਸੈਟਲ ਹੋ ਜਾਂਦੇ ਹਾਂ ਤਾਂ ਅਸੀਂ ਰੱਬ ਪਿੱਛੇ ਮੁੜ ਕੇ ਦੇਖਦੇ ਹਾਂ ਕਿ ਰੱਬ ਨੇ ਕਿਵੇਂ ਸਾਨੂੰ ਹਰ ਕੰਮ 'ਤੇ ਜਿੱਤ ਦਵਾਈ ਹੈ। The same thing in this war. ਉਹੀ ਉਹ ਗੱਲ ਹੈਗੀ ਇਸ ਯੁੱਧ 'ਚ। But in this war, God is with us. ਬਸ ਇਸ ਲੜਾਈ 'ਚ ਰੱਬ ਸਾਡੇ ਨਾਲ ਹੈ। It, He has given us the tools to fight. ਉਹਨੇ ਸਾਨੂੰ ਪੂਰੇ ਯੰਤਰ ਦਿੱਤੇ ਨੇ ਇਹ ਲੜਾਈ ਲੜਨ ਵਾਸਤੇ। We have to put on. ਆਪਾਂ ਨੂੰ ਇਹ ਧਾਰਨ ਕਰਨਾ ਹੈ। The whole armor of God. ਪੂਰਾ ਕਵਚ। And stand. ਤੇ ਖੜੇ ਹੋਣਾ ਹੈ। I encourage you, my dear brothers and sisters. ਮੈਂ ਤੁਹਾਨੂੰ ਪ੍ਰੋਸਾਈਟ ਕਰਨਾ ਮੇਰੇ ਭੈਣ ਭਰਾਓ। Check your lives. ਆਪਣਾ ਜੀਵਨ ਪਰਖੋ। Check where we are failing. ਦੇਖੋ ਅਸੀਂ ਕਿੱਥੇ ਮਾਰ ਖਾਂਦੇ ਆ। Check where there is fear. ਦੇਖੋ ਕਿੱਥੇ ਡਰ ਹੈ। Replace it with the word of God. ਉਹਨੂੰ ਪਰਮੇਸ਼ਵਰ ਦੇ ਵਚਨ ਦੇ ਨਾਲ ਬਦਲੋ। You see, when Joshua took over from Moses, what did God tell him? Be strong and courageous. ਜਦੋਂ ਜੋਸ਼ੁਆ ਨੇ ਮੂਸਾ ਤੋਂ ਆਪਣਾ ਕੰਮ ਦਾ ਜਗ੍ਹਾ ਲਈ ਤੇ ਰੱਬ ਨੇ ਉਹਨੂੰ ਕੀ ਕਿਹਾ? ਤੂੰ ਹਿੰਮਤੀ ਬਣ। The same way now he's telling, be strong in the power of the Lord. ਅੱਥੇ ਵੀ ਪਰਮੇਸ਼ਵਰ ਇਹ ਕਹਿ ਰਿਹਾ ਹੈ ਕਿ ਪਰਮੇਸ਼ਵਰ ਦੀ ਤਾਕਤ ਦੇ ਵਿੱਚ ਮਜ਼ਬੂਤ ਬਣੋ। Make a commitment, Lord, I have been failing, but now Lord, I want to fight this battle, I want to overcome. ਇੱਕ ਰੱਬ ਦੇ ਨਾਲ ਅਹਿਦ ਕਰੋ ਕਿ ਮੈਂ ਜਿਹੜੀ ਲੜਾਈ ਹੈਗੀ ਇਹਦੇ ਵਿੱਚ ਮੈਂ ਹਾਰ ਰਿਹਾ ਸੀ, ਪਰ ਅੱਜ ਮੈਂ ਫੈਸਲਾ ਕਰਨਾ ਕਿ ਹੁਣ ਤੋਂ ਮੈਂ ਜੇਤੂ ਹੋਵਾਂਗਾ। ਵਾਟ ਐਵਰ ਯੂ ਅਲਾਉ ਟੂ ਕਮ ਇਨ ਮਾਈ ਲਾਈਫ, ਲਾਰਡ ਗਿਵ ਮੀ ਵਿਜ਼ਡਮ ਅੰਡਰਸਟੈਂਡਿੰਗ ਟੂ ਸਟੈਂਡ। ਪਰਮੇਸ਼ਵਰ ਤੁਸੀਂ ਮੇਰੇ ਜੀਵਨ 'ਚ ਜੋ ਵੀ ਚੀਜ਼ ਲੈ ਕੇ ਆਓਗੇ, ਮੇਰੀ ਮਦਦ ਕਰੋ ਕਿ ਮੈਂ ਉਹਦੇ ਵਿੱਚ ਤੁਹਾਡੇ ਵਚਨ ਦੇ ਜ਼ਰੀਏ ਮਜ਼ਬੂਤੀ ਨਾਲ ਖੜਾ ਹਾਂ। ਓਬੇ ਦ ਵਰਡ ਵਿਚ ਕਮਸ। ਜਿਹੜਾ ਵਚਨ ਆਵੇ ਉਹਦਾ ਉਹਦੀ ਪਾਲਣਾ ਕਰੋ। ਈਵਨ ਟੂ ਦ ਪੁਆਇੰਟ ਵੇਅਰ ਯੂ ਵਿਲ ਲੂਜ਼ ਮੈਨੀ ਥਿੰਗਸ, ਯੂ ਮੇ ਲੂਜ਼ ਫਰੈਂਡਸ, ਯੂ ਮੇ ਲੂਜ਼ your wealth, you may lose everything, but you know, having nothing with God is better than having everything without God. ho sakda hai is kam de duran tusi koi dost bhul jao ya koi chala jave, par je aap sab kuch gwa leya te rab pa leya te oh behtar hai. Thank you, Lord Jesus. Father, I pray that these words will sink into good ground, Lord, in the lives of everyone who has heard, Lord Jesus, that it may bring forth fruit, that Lord, that it will bring forth, Lord, 60, 100-fold fruit, Lord Jesus. We ask for mercy, we ask for mercy, Lord. Father, we pray that this important war, Father, let us win, Lord Father, every one of us, Lord, that we will come, we will have fellowship with each other, we will be strong and help each other to win this war, that Lord, that in Oma, after doing everything, we will still stand, Lord. I commit everyone who has heard into your hands. The word, Lord, let it bear fruit, Lord. Thank you, Father. In the name of our Lord Jesus, we pray. Amen.